ਜੇ ਗੁਰਮੁਖੋ ਦੇ ਪੱਲੇ ਵਿਦਿਆ ਸੀ, ਪੜ੍ਹਿਆ ਲਿਖਿਆ ਸੀ, ਤਾਂ ਹੀ ਉਹਨੇ ਕੰਮ ਕੀਤਾ ਸੀ ਨਾ। ਉਹ ਭੂਤਰੇ ਸਾਹਿਬ ਨੂੰ ਨੱਥ ਕਿੰਨੇ ਮਾਰੀ? ਜੇ ਉਹਦੇ ਕੋਲ ਵਿਦਿਆ ਸੀ, ਪੜ੍ਹਿਆ ਲਿਖਿਆ ਸੀ, ਉਸ ਪੋਸਟ ਤੇ ਪਹੁੰਚਿਆ ਤੇ ਰੱਬ ਨੇ ਉਹਦੇ ਤੋਂ ਇਹ ਸੇਵਾ ਲਈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਕੋਈ ਗੁਰਮੁਖੋ ਪੁਲਿਸ ਵਿੱਚ ਭਰਤੀ ਹੋ ਗਿਆ ਪੜ੍ਹ ਕੇ, ਕੋਈ ਪ੍ਰੋਫੈਸਰ ਲੱਗ ਗਿਆ, ਕੋਈ ਜੱਜ ਲੱਗ ਗਿਆ, ਕੋਈ ਟੀਚਰ ਲੱਗ ਗਿਆ, ਇਹ ਗੁਰਮੁਖੋ ਸੰਸਾਰਿਕ ਵਿੱਦਿਆ ਸੰਸਾਰਿਕ ਢਾਂਚਾ ਚਲਾਉਣ ਵਾਸਤੇ ਹੈ। ਪਰ ਜਿਹੜੀ ਅਧਿਆਤਮਕ ਵਿੱਦਿਆ ਹੈ, ਇਹ ਸਾਡੇ ਪ੍ਰਲੋਕ ਵਿੱਚ ਵੀ ਕੰਮ ਆਉਣੀ ਹੈ। ਪ੍ਰਲੋਕ ਵਿੱਚ ਸਾਡੀਆਂ ਡਿਗਰੀਆਂ ਨੂੰ ਨਹੀਂ ਕਿਸੇ ਪੁੱਛਣਾ, ਪ੍ਰਲੋਕ ਵਿੱਚ ਤੇ ਗੁਰਮੁਖੋ ਨਾਨਕ ਇੱਕ ਹੈ। ਲੇਖੂ ਕਰਨੀ ਗਏ ਕਦੀ ਅਸੀਂ ਸਤਿਗੁਰੂ ਨੂੰ ਮੱਥਾ ਨਹੀਂ ਟੇਕਿਆ ਕਿ ਸਾਡਾ ਪੜ੍ਹਿਆ ਲਿਖਿਆ ਵੀ ਗੁਰਮੁਖੋ ਪੜ੍ਹਿਆ ਮੂਰਖ ਆਖੀ ਹੈ। ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਤਰਕਾਂ ਕਰਨੀਆਂ ਨੇ ਪੜ੍ਹ ਲਿਖ ਕੇ, ਤੇ ਸਾਡੇ ਪੜ੍ਹੇ ਲਿਖੇ ਦਾ ਵੀ ਕੋਈ ਫਾਇਦਾ ਨਹੀਂ। ਇਸ ਲਈ ਗੁਰੂ ਨਾਲ ਪ੍ਰੇਮ ਹੋਣਾ ਚਾਹੀਦਾ। ਅਤ ਸੁੰਦਰ, ਜਿਹਦੇ ਵਰਗਾ ਕੋਈ ਸੋਹਣਾ ਨਾ ਹੋਵੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਤੇਰੀ ਰੱਬ ਨਾਲ ਪ੍ਰੀਤੀ ਨਹੀਂ ਨਾ, ਤੇ ਸਮਝ ਲਓ ਉਹ ਮ੍ਰਿਤਕ ਹੈ, ਉਹ ਮੁਰਦਾ ਹੈ। ਅਤ ਸੁੰਦਰ, ਜਿਹਦੇ ਵਰਗਾ ਕੋਈ ਸੋਹਣਾ ਨਾ ਹੋਵੇ। ਮੈਂ ਹੈਰਾਨ ਹੋ ਰਿਹਾ ਸਾਂ ਇਸ ਵੀਰ ਦੀ ਤਸਵੀਰ ਵੇਖ ਕੇ, ਕਿਉਂਕਿ ਭਾਵੇਂ ਮੇਰਾ ਪਿੰਡ ਰੱਤਾ ਤੇਰਾ ਨੇੜੇ ਰਹੇ ਆ। ਰਾਜਵੀਰ ਦੇ ਪਿਤਾ ਸਰਦਾਰ ਗੁਰਮੇਲ ਸਿੰਘ ਜੀ ਰਿਟਾਇਰ ਲੈਕਚਰਾਰ ਨੇ, ਜਿਹੜੇ ਮੇਰੇ ਹੈੱਡ ਮਾਸਟਰ ਵੀ ਰਹੇ ਨੇ ਦਸਤੇ। ਅਸੀਂ ਨਿੱਕੇ ਨਿੱਕੇ ਇਹਨਾਂ ਕੋਲ ਪੜ੍ਹੇ ਹਾਂ। ਪਿੱਛੇ ਜੇ ਗੁਰਮੁਖੋ ਸਾਡੇ ਸਤਿਕਾਰਯੋਗ ਟੀਚੀ ਮਾਸਟਰ ਸਰਦਾਰ ਲਾਭ ਸਿੰਘ ਜੀ ਥਲੇੜਾ, ਉਹਨਾਂ ਦੀ ਮੌਤ ਹੋਈ, ਬਹੁਤ ਸਾਲ ਹੋ ਗਏ। ਮੈਂ ਉਹਨਾਂ ਦੇ ਭੋਗ 'ਤੇ ਕਥਾ ਕੀਤੀ ਅਤੇ ਮੇਰੇ ਉਸਤਾਦ ਮੇਰੇ ਟੀਚਰ ਸਾਰੇ ਉੱਥੇ ਬੈਠੇ। ਮੈਂ ਸਾਰਿਆਂ ਨੂੰ ਪਛਾਣ ਲਿਆ, ਉਹਨਾਂ ਮੈਨੂੰ ਨਹੀਂ ਪਛਾਣਿਆ। ਮੈਂ ਨੇੜੇ ਹੋ ਕੇ ਜਦੋਂ ਉਹਨਾਂ ਨੂੰ ਮਿਲਿਆ, ਮੈਂ ਦੱਸਿਆ ਅਤੇ ਮੈਨੂੰ ਜੱਫੀਆਂ ਪਾ ਪਾ ਮਿਲੇ। ਕਹਿੰਦੇ ਤੂੰ ਸਾਡਾ ਵਿਦਿਆਰਥੀ। ਇਸ ਕਰਕੇ ਇਸ ਵੀਰ ਨੂੰ ਮੈਂ ਪਹਿਲਾਂ ਕਦੇ ਨਹੀਂ ਮਿਲਿਆ, ਪਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿੱਦਣ ਦਾ ਗੁਰਮੁਖੋ ਸੰਸਕਾਰ ਹੋਇਆ ਮੈਂ ਬਹੁਤਿਆਂ ਨੂੰ ਮਿਲਿਆ। ਇੱਕ ਦੇ ਮੁੱਖੋਂ ਵੀ ਨਹੀਂ ਸੁਣਿਆ ਮੈਂ ਕਿ ਉਹ ਸੁਭਾਅ ਦਾ ਕੌੜਾ ਸੀ ਜਾਂ ਉਹ ਸੁਭਾਅ ਦਾ ਕੁਰਖਤ ਸੀ, ਉਹ ਗੁਰਮੁਖੋ ਐਸਾ ਸੀ ਨਹੀਂ। ਜਿਹਦੇ ਤੋਂ ਵੀ ਸੁਣਿਆ ਹੈ ਉਹ ਗੁਰਮੁਖੋ ਇਹੋ ਹੀ ਕਹਿੰਦਾ ਕਿ ਉਹ ਬਹੁਤ ਹੀ ਮਲਾਪੜਾ ਸੀ, ਉਹ ਬਹੁਤ ਹੀ ਨਰਮ ਦਿਲ ਸੀ, ਉਹ ਕਿਸੇ ਦਾ ਦੁੱਖ ਨਹੀਂ ਸੀ ਵੇਖ ਸਕਦਾ, ਉਹ ਪਰਉਪਕਾਰੀ ਸੀ। ਸਿੱਖ ਤੇ ਬਣੇ ਹੀ ਪਰਉਪਕਾਰੀ ਹੈ ਖਾਲਸਾ ਜੀ, ਪਰਉਪਕਾਰੀ। ਇੱਕ ਮੁਸਲਮਾਨ ਬੀਬੀ ਗੁਰਮੁਖੋ ਦਰਿਆ ਵਿੱਚ ਰੁੜਦੀ ਜਾ ਰਹੀ ਹੈ, ਉਹਨੂੰ ਬਚਾਉਣ ਵਾਸਤੇ ਕੋਈ ਨਹੀਂ ਆਇਆ। ਉਹਦਾ ਭਰਾ ਵੀ ਉੱਥੇ ਹੀ ਖਲੋਤਾ, ਉਹਦਾ ਪਿਤਾ ਵੀ ਉੱਥੇ ਹੀ ਸੀ, ਪਰ ਇੱਕ ਗੁਰਸਿੱਖ ਨੂੰ ਪਤਾ ਲੱਗਾ ਕਿ ਇੱਕ ਬੀਬੀ ਦਰਿਆ ਵਿੱਚ ਰੁੜਦੀ ਜਾਂਦੀ ਹੈ। ਉਹਨੇ ਗੁਰਮੁਖੋ ਸਣੇ ਕੱਪੜੇ ਛਾਲ ਮਾਰੀ, ਉਸ ਬੀਬੀ ਨੂੰ ਬਚਾਇਆ ਪਾਇਆ ਤੇ ਇਹ ਭਾਣਾ ਵਾਪਰ ਗਿਆ। ਜਿਹਨੂੰ ਕਲਗੀਧਰ ਪਾਤਸ਼ਾਹ ਲਿਖਦੇ ਨੇ ਕਿ ਕਾਰਨ ਕੋ ਨਿੰਦ ਹੈ, ਉਹ ਕਾਰਨ ਕਰਕੇ ਵਸ ਹੈ ਜਿਨ ਕਲ ਰੱਖੀ ਧਾਰ। ਪਸ਼ੂ ਤੇ ਬਥੇਰੇ ਸੜਕਾਂ ਤੇ ਤੁਰੇ ਫਿਰਦੇ ਆ, ਕਈ ਵਾਰ ਟਕਰਾ ਵੀ ਜਾਂਦੇ ਆ, ਬੰਦਾ ਫਿਰ ਬਚ ਜਾਂਦਾ, ਪਰ ਨਹੀਂ, ਗੁਰਮੁਖੋ ਇਹ ਇੱਕ ਬਹਾਨਾ ਬਣਿਆ ਹੈ। ਤੁਸੀਂ ਸਿਆਣੇ ਵਿਦਵਾਨ ਹੋ, ਤਿੰਨ ਚੀਜ਼ਾਂ ਵਿਦਵਾਨ ਕਹਿੰਦੇ ਜਦੋਂ ਇਕੱਠੀਆਂ ਹੋ ਜਾਣ ਬੰਦੇ ਦੀ ਮੌਤ ਹੁੰਦੀ ਹੈ। ਸਮਾਂ 10:45 ਦਾ ਸਮਾਂ ਅਤੇ ਥਾਂ, ਜਗ੍ਹਾ ਅਤੇ ਕਾਰਨ, ਇਹ ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਣ ਉਹਨਾਂ ਚਿਰ ਬੰਦੇ ਦੀ ਮੌਤ ਨਹੀਂ ਹੁੰਦੀ। ਸਮਾਂ ਪੂਰਾ ਹੋ ਗਿਆ ਟਾਈਮ, ਇਹ ਕਾਰਨ ਬਣ ਗਿਆ ਉਹ ਪਸ਼ੂ ਐਕਸੀਡੈਂਟ, ਤੇ ਗੁਰਮੁਖੋ ਥਾਂ ਜਗ੍ਹਾ ਉਹ ਜਿੱਥੇ ਇਹਨਾਂ ਦਾ ਐਕਸੀਡੈਂਟ ਹੋਇਆ। ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ। ਪਿੱਛੇ ਜੇ ਬਠਿੰਡੇ ਇੱਕ ਪਚੰਡੀ ਦਾ ਭੋਗ ਸੀ, ਗੁਰਮੁਖੋ ਮਾਡਲ ਟਾਊਨ ਗੁਰਦੁਆਰੇ ਉੱਥੇ ਕਥਾ ਹੋਈ ਤੇ ਇੱਕ ਬਜ਼ੁਰਗ ਮੈਨੂੰ ਬਾਅਦ ਵਿੱਚ ਮਿਲਿਆ। ਕਹਿੰਦਾ ਗਿਆਨੀ ਜੀ ਥੋੜੇ ਕੁ ਦਿਨਾਂ ਦੀ ਘਟਨਾ ਹੈ, ਕਹਿੰਦਾ ਮੈਂ ਨਰੂਆਣੇ ਤੋਂ ਆ ਰਿਹਾ ਸਾਂ, ਬਠਿੰਡੇ ਦੇ ਇਲਾਕੇ 'ਚ ਨਰੂਆਣਾ,
ਬੀਬੀਓ ਚੁੱਪ ਕਰੋ, ਦੇਖੋ ਸਾਰੀਆਂ ਬੀਬੀਆਂ ਬੜੇ ਧਿਆਨ ਨਾਲ ਸੁਣ ਰਹੀਆਂ ਬੈਠ ਕੇ, ਆ ਜਿਹੜੀ ਇੱਕ ਦੋ ਇਹਨਾਂ ਨੂੰ ਵੀ ਚੁੱਪ ਕਰਾਓ, ਇੱਕ ਦੂਜੇ ਦੇ ਗਲੇ ਨਾਲ ਲੱਗੋ, ਭੈਣ ਨੂੰ ਚੁੱਪ ਕਰਾਓ, ਤੁਸੀਂ ਆਪ ਨੇੜੇ ਹੋ। ਕਹਿ ਲੱਗਾ ਵੀ ਇੱਕ ਮੱਕੀ ਦੇ ਪੱਠਿਆਂ ਦੀ ਟਰਾਲੀ ਭਰੀ ਹੋਈ ਆ ਰਹੀ ਸੀ ਤੇ ਨੌਜਵਾਨ ਕਹਿੰਦੇ ਲੜਕਾ ਉਹ ਟਰੈਕਟਰ ਚਲਾ ਰਿਹਾ ਸੀ, ਉੱਚੀ ਆਵਾਜ਼ ਵਿੱਚ ਉਹਨੇ ਡੈਕ ਲਾਇਆ ਹੋਇਆ ਸੀ, ਸਪੀਕਰ ਚੱਲ ਰਿਹਾ ਸੀ, ਉਹ ਨਹੀਂ ਸੀ ਸੁਣਦਾ ਕਿਸੇ ਦੀ ਗੱਲ। ਇੱਕ ਬਜ਼ੁਰਗ ਮਾਤਾ ਨੇ ਹੱਥ ਦਿੱਤਾ, ਉਹ ਟਰਾਲੀ ਤੇ ਚੜ ਗਈ, ਪੱਠਿਆਂ ਦੇ ਉੱਪਰ ਬੈਠ ਗਈ, ਹਰੇ ਦੇ ਉੱਪਰ ਬੈਠ ਗਈ, ਜਾ ਕੇ ਟਰਾਲੀ ਨੂੰ ਉਹ ਰੱਸਿਆਂ ਨੂੰ ਹੱਥ ਪਾ ਲਏ। ਉਹ ਲੜਕਾ ਬਹੁਤ ਤੇਜ਼ ਟਰੈਕਟਰ ਭਜਾ ਰਿਹਾ ਟਰਾਲੀ, ਕੀ ਹੋਇਆ ਉਸ ਪੱਠਿਆਂ ਦੇ ਵਿੱਚੋਂ ਇੱਕ ਛੋਟਾ ਜਿਹਾ ਸੱਪ ਨਿਕਲਿਆ, ਟਰਾਲੀ ਦੇ ਵਿੱਚ ਪੱਠਿਆਂ ਦੇ ਵਿੱਚੋਂ ਨਿਕਲ ਕੇ ਉੱਪਰ ਆ ਗਿਆ ਤੇ ਮਾਤਾ ਨੇ ਉਹ ਇੱਕ ਪੱਲੀ ਸੀ ਉੱਥੇ ਟਰਾਲੀ ਦੇ ਉੱਪਰ ਹੀ, ਉਹ ਪੱਲੀ ਅੱਗੇ ਕਰਕੇ ਜੋ ਰੌਲਾ ਪਾ ਰਹੀ ਸੀ ਵੀ ਟਰੈਕਟਰ ਰੋਕੋ ਟਰੈਕਟਰ ਰੋਕੋ, ਉਹ ਨਹੀਂ ਸੀ ਸੁਣਦਾ। ਉਹ ਜਿਹਨੇ ਮੈਨੂੰ ਇਹ ਘਟਨਾ ਸੁਣਾਈ ਕਹਿੰਦਾ ਮੈਂ ਪਿੱਛੇ ਆ ਰਿਹਾ ਸਾਂ, ਮੈਂ ਕਿਹਾ ਪਤਾ ਨਹੀਂ ਕੋਈ ਮਾਤਾ ਦੀ ਕੋਈ ਚੀਜ਼ ਡਿੱਗ ਪਈ ਹੈ ਪਿੱਛੇ, ਕੁਝ ਭੁੱਲ ਆਈ ਹੈ, ਰੌਲਾ ਪਾਉਂਦੀ ਹੈ। ਕਹਿੰਦੇ ਮੈਂ ਅੱਗੇ ਬਰਾਬਰ ਜਾ ਕੇ ਉਹਨਾਂ ਨੂੰ ਹੱਥ ਦਿੱਤਾ, ਇਸ਼ਾਰਾ ਕੀਤਾ ਕਿ ਭਾਈ ਟਰੈਕਟਰ ਰੋਕ, ਦੇਖੋ ਪਰਮੇਸ਼ਰ ਦੀ ਕਥਾ, ਉਹਦੇ ਵਾਹਿਗੁਰੂ ਪਰਮੇਸ਼ਰ ਦੇ ਰੰਗ ਕੈਸੇ ਨੇ, ਕਿਆ ਜਾਣਾ ਕਿਵ ਮਰੇਗੇ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ। ਆਪਾਂ ਸਾਰੇ ਬੈਠੇ ਹਾਂ, ਕੀ ਪਤਾ ਆਪਣੇ ਵਿੱਚੋਂ ਕੋਈ ਘਰ ਸਾਰੇ ਜਾ ਸਕਦੇ ਹੋ, ਕੋਈ ਰਸਤੇ ਵਿੱਚ ਵੀ ਰਹਿ ਜਾ। ਕਿਉਂਕਿ ਉੱਪਰ ਵੱਧ ਕੇ ਜਾਪਦਾ ਸਾਹ ਆਵੇ ਕੇ ਨਾ ਆਵੇ ਰਾਮ, ਆਪ ਮੈਨੂੰ ਦੱਸਿਆ ਨਾਲ ਦੇ ਨੇ ਕਿਹਦਾ, ਬਸ ਅੱਖਾਂ ਖੁੱਲੀਏ ਰਹਿ ਗਈਆਂ ਉਸ ਵੀਰ ਦੀਆਂ। ਪਰਮੇਸ਼ਰ ਸਮਾਂ ਨਹੀਂ ਦਿੰਦਾ, ਇਹ ਅੱਖਾਂ ਖੁੱਲੀਆਂ ਤੇ ਗੁਰਮੁਖੋ ਤੈਨੂੰ ਝਮਕਣ ਦਾ ਸਮਾਂ ਨਹੀਂ ਦੇਣਾ ਪਰਮੇਸ਼ਰ ਨੇ, ਜੇ ਅੱਖ ਬੰਦ ਹੈ ਤੇ ਤੈਨੂੰ ਖੋਲਣ ਦਾ ਸਮਾਂ ਨਹੀਂ ਦੇਣਾ ਪਰਮੇਸ਼ਰ। ਬਸ ਕਹਿੰਦੇ ਉਹਨੇ ਟਰੈਕਟਰ ਖਿਲਾਰ ਲਿਆ, ਹੌਲੀ ਹੌਲੀ ਟਰੈਕਟਰ ਖਿਲਾਰਦਾ ਖਿਲਾਰਦਾ, ਕਹਿੰਦੇ ਨਾਲ ਮੈਂ ਵੀ ਮੋਟਰਸਾਈਕਲ ਹੌਲੀ ਹੌਲੀ ਕਰਕੇ ਖਿਲਾਰ ਲਿਆ। ਉਹ ਬੀਬੀ ਰੌਲਾ ਪਾ ਰਹੀ ਹੈ, ਅੱਗੇ ਸੱਪ ਜਿਹੜਾ ਉਹਨੇ ਸੰਨ ਚੁੱਕੀ ਹੋਈ ਹੈ, ਬੀਬੀ ਨੇ ਅੱਗੇ ਪੱਲੀ ਕੀਤੀ ਹੋਈ ਹੈ, ਟਰੈਕਟਰ ਤੇ ਬੈਠੀ ਟਰਾਲੀ ਤੇ ਬੈਠੀ, ਮੱਕੀ ਦੇ ਪੱਠਿਆਂ ਦਾ ਟਰੈਕਟਰ ਭਰਿਆ ਹੋਇਆ। ਕਹਿੰਦੇ ਜਦੋਂ ਟਰਾਲੀ ਖਲੋਤੀ, ਉਸ ਬੀਬੀ ਨੇ ਪੱਲੀ ਨੂੰ ਹੱਥ ਮਾਰਿਆ, ਉਹ ਸਣੇ ਸੱਪ ਤੇ ਪੱਲੀ। ਕਹਿਣ ਲੱਗਾ ਉਹ ਇੱਕ ਨਾਲ ਨੌਜਵਾਨ ਖਲੋਤਾ ਸੀ, ਹੋਰ ਵੀ ਆ ਕੇ ਖਲੋ ਗਿਆ ਵੀ ਕੀ ਗੱਲ ਹੋ ਗਈ, ਟਰੈਕਟਰ ਖਿਲਾਰਦਾ ਇੱਕ ਉਹਨੇ, ਇੱਕ ਆ ਕੇ ਇੱਕ ਨੌਜਵਾਨ ਖਲੋਤਾ ਹੀ ਹੈ ਮੋਟਰਸਾਈਕਲ ਤੇ, ਉਹ ਸੱਪ ਉਹਦੇ ਤੇ ਡਿੱਗਿਆ ਤੇ ਉਹਦੇ ਡੰਗ ਮਾਰਿਆ, ਉਹਦੀ ਉੱਥੀ ਮੌਤ ਹੋ ਗਈ, ਨਾਲ ਦੀ ਨਾਲ ਦੀ ਉੱਥੀ ਮੌਤ ਹੋ ਗਈ ਇੱਕ ਸੈਕਿੰਡ ਦੇ ਵਿੱਚ। ਕਹਿੰਦੇ ਅਸੀਂ ਹੈਰਾਨ ਹੋ ਗਏ ਵੀ ਇਹ ਕੀ ਭਾਣਾ ਵਾਪਰਿਆ, ਕਿੰਨੀ ਦੂਰੋਂ ਟਰੈਕਟਰ ਆ ਰਿਹਾ, ਕਿੰਨੀ ਦੂਰੋਂ ਮਾਂ ਦੇ ਅੱਗੇ ਉਹ ਮਾਤਾ ਦੇ ਅੱਗੇ ਸੱਪ ਵੱਧ ਖਿਲਾਰੀ ਖਲੋਤਾ। ਪਰ ਉਹ ਟਰਾਲੀ ਰੁਕੀ, ਮਾਂ ਨੇ ਸੱਪ ਨੂੰ ਹੱਥ ਮਾਰਿਆ, ਪੱਲੀ ਦਾ ਹੱਥ ਵੱਜਾ, ਉਹ ਸੱਪ ਗੁਰਮੁਖੋ, ਨਾਲ ਦੂਜੇ ਪਾਸੇ ਇੱਕ ਨੌਜਵਾਨ ਖੜਾ ਮੋਟਰਸਾਈਕਲ ਤੇ, ਉਹ ਅਗਲੇ ਪਾਸੇ ਆ ਰਿਹਾ ਸੀ। ਇਹਦਾ ਵੇਖਦਿਆਂ ਵੇਖਦਿਆਂ ਉਹ ਬੱਚੇ ਦੀ ਤੜਫ ਤੜਫ ਕੇ ਉੱਥੇ ਮੌਤ ਹੋ ਗਈ। ਕਿਆ ਜਾਣਾ ਜਾਂ ਭੱਜੈ ਤਾਂ ਠੀਕਰ ਹੋਵੇ, ਘੜਤ ਘੜੀ ਨਾ ਜਾਏ, ਇਹ ਮੁੜ ਕੇ ਨਹੀਂ ਘੜਿਆ ਜਾਣਾ। ਇੱਕ ਵਿਦਵਾਨ ਲਿਖਦਾ ਹੈ, ਸਰੀਰ ਕਿਸੇ ਕੰਮ ਨਹੀਂ ਆਉਣਾ, ਪਸ਼ੂਆਂ ਦਾ ਚੰਮ ਮਾਸ ਹੱਡ ਵੀ ਕੰਮ ਆ ਜਾਣੇ। ਉਹ ਲਿਖਦਾ, ਹਾਥੀ ਕੇ ਦਾਂਤ ਕੇ ਖਿਲੌਣੇ ਬਣੇ ਭਾਂਤ ਭਾਂਤ ਕੇ, ਹਾਥੀ ਦੇ ਦੰਦ ਦੀਆਂ ਅਨੇਕਾਂ ਗੁਰਮੁਖੋ ਵਸਤੂਆਂ ਬਣ ਜਾਂਦੀਆਂ। ਤੁਸੀਂ ਪਟਨਾ ਸਾਹਿਬ ਗਏ ਹੋਵੋਗੇ, ਪਟਨਾ ਸਾਹਿਬ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਤੀਰਾਂ ਦੇ ਦਰਸ਼ਨ ਕਰਵਾਏ ਜਾਂਦੇ ਆ, ਇੱਕ ਛੋਟੇ ਛੋਟੇ ਮਹਾਰਾਜ ਦੇ ਪੈਰਾਂ ਦੇ ਪਊਏ ਹਨ, ਚਰਨਾਂ ਦੇ ਜੋੜੇ ਹਨ, ਉਹ ਹਾਥੀ ਦੇ ਦੰਦ ਦੇ ਬਣੇ ਹੋਏ ਸਨ। ਧਿਆਨ ਦਿਆ ਜੇ, ਸਿੱਖ ਕੌਮ ਦਾ ਗੁਰਮੁਖੋ ਉਹ ਦੂਸਰਾ ਤਖਤ ਹੈ। ਮੈਂ ਤੁਹਾਡੇ ਗਿਆਨ ਵਾਸਤੇ ਦੱਸ ਦੇਵਾਂ, ਹਰ ਇੱਕ ਅੰਮ੍ਰਿਤਧਾਰੀ ਨੂੰ ਪੰਜਾਂ ਤਖਤਾਂ ਦੀ ਯਾਤਰਾ ਕਰਨੀ ਅਤੀ ਜ਼ਰੂਰੀ ਹੈ। ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਦੂਸਰਾ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤੀਸਰਾ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਚੌਥਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਪੰਜਵਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਇਹ ਮਰਿਆਦਾ ਹੈ ਉਹ ਤਖਤ ਦੀ, ਜਦੋਂ ਅੰਮ੍ਰਿਤਧਾਰੀ ਨੇ ਪਹਿਲੀ ਵਾਰ ਕਿਸੇ ਤਖਤ 'ਤੇ ਜਾਣਾ ਹੈ,
ਕੜਾ ਪ੍ਰਸ਼ਾਦੀ ਦੇਗ ਜ਼ਰੂਰ ਕਰਾਉਣੀ ਹੈ। ਧਿਆਨ ਦਿਆ ਜੇ ਕਈਆਂ ਨੂੰ ਪਤਾ ਨਹੀਂ ਹੁੰਦਾ, ਅੰਮ੍ਰਿਤ ਛਕ ਕੇ ਪਹਿਲੀ ਵਾਰ ਜਦੋਂ ਕਿਸੇ ਤਖ਼ਤ 'ਤੇ, ਪੰਜਾਂ ਤਖ਼ਤਾਂ 'ਚੋਂ ਕਦੇ ਕਿਸੇ ਤਖ਼ਤ ਸਾਹਿਬ 'ਤੇ ਜਾਣਾ ਹੈ, ਦਮਦਮਾ ਸਾਹਿਬ ਜਾਂ ਅਨੰਦਪੁਰ ਸਾਹਿਬ, ਅਤੇ ਉਹ ਹਰਮਨ ਜਿਹੜੇ ਪਟਨਾ ਸਾਹਿਬ ਮਹਾਰਾਜ ਦੇ ਚਰਨਾਂ ਦੇ ਜੋੜੇ ਉਹ ਹਾਥੀ ਦੰਦ ਦੇ ਬਣੇ ਹੋਏ ਆ। ਤਾਂ ਬੀਬੀਆਂ ਨੂੰ ਬਿਠਾ ਲਓ, ਲੈਣ ਬੰਨੀ ਹੋਈ ਆ ਇਹਨਾਂ ਨੇ, ਬਿਠਾ ਲਓ ਮੇਰੀਆਂ ਭੈਣਾਂ, ਬਹਿ ਜਾਓ ਇੱਥੇ, ਨਾ ਇਹ ਕੰਮ ਕਰੋ, ਗੱਲ ਲੱਗਣਾ ਰੋਣਾ ਉਹਨਾਂ ਨੂੰ। ਧਿਆਨ ਦਿਓ, ਖਾਲਸਾ ਜੀ ਉਹ ਵਿਦਵਾਨ ਲਿਖਦਾ, ਹਾਥੀ ਕੇ ਦਾਂਤ ਕੇ ਖਿਲੌਣੇ ਬਣੇ ਪਹਾਂਤ ਪਹਾਂਤ ਕੇ, ਸ਼ੇਰ ਕੀ ਖਾਲ ਸੋ ਤੋ ਸ਼ਿਵ ਮਨ ਭਾਏ ਹੈ, ਚਿੱਤਰੇ ਕੀ ਖਾਲ ਕੋ ਓੜਤ ਹੈ ਜੋਗੀ ਜਤੀ, ਗੈਂਡੇ ਕੀ ਖਾਲ ਰਾਜਾ ਰਾਣਾ ਕੋ ਸੁਹਾਏ ਹੈ, ਪਸ਼ੂਓ ਕੀ ਖਾਲ ਕੇ ਅਤਿ ਸੁੰਦਰ ਜੋੜੇ ਬਣੇ, ਬੱਕਰੇ ਕੀ ਖਾਲ ਸਾਥ ਪਾਣੀ ਭਰ ਲਾਏ ਹੈ, ਕਹੇ ਕਵੀ ਦਇਆ ਰਾਮ ਰਾਮ ਕੇ ਭਜਨ ਦਿਨ, ਮਾਨਸ ਕੀ ਖਾਲ ਕਿਸੀ ਕੰਮ ਨਹੀਂ ਆਏ। ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ ਆਉਣਾ ਭਜਨ ਜ਼ਿੰਦਗੀ ਤੋਂ ਬਿਨਾਂ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਫੈਸਲੇ ਕਰ ਦਿੱਤਾ ਸਤਿਗੁਰੂ, ਜੋ ਸਤਨਾਮ ਵਾਹਿਗੁਰੂ ਕਹਿੰਦਾ ਉਹ ਵੀ ਗੁਰਮੁਖ ਉਹ ਮਰਤਬਾ ਹਾਸਲ ਕਰ ਸਕਦਾ ਹੈ। ਇਹ ਸੰਸਾਰ ਤੇ ਸੁਖੀ ਕੌਣ ਹੈ? ਗੁਰਬਾਣੀ ਕਹਿ ਰਹੀ ਹੈ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁਖੀ ਹੈ, ਤੇ ਸੰਸਾਰ ਤੇ ਸੁਖੀ ਕੌਣ ਹੈ? ਉਹ ਭਗਤ ਕਬੀਰ ਸਾਹਿਬ ਤੋਂ ਪੁੱਛੋ। ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ, ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਉਹ ਸੰਸਾਰ ਤੇ ਸੁਖੀ ਹੈ। ਇਹ ਸੰਸਾਰ ਤੋਂ ਪਤਾ ਵੀ ਕਦੋਂ ਤੁਰ ਜਾਣਾ ਹੈ? ਭਾਈ ਰਾਜਵੀਰ ਨੂੰ ਕੀਤਾ ਸੀ ਕੋਈ ਜੋ ਮੰਗ ਚਿੱਤ ਨਾ ਕੀਤੇ ਸਨ, ਘਰੋਂ ਗਿਆ ਹੈ, ਪਹਿਲਾਂ ਵੀ ਤੇ ਜਾਂਦਾ ਹੀ ਸੀ ਨਾ, ਨਾਲੇ ਰੋਕਿਆ ਨਾ ਸਨਾਮ ਵਾਲਿਆ, ਕਹਿ ਨਹੀਂ ਤੂੰ ਇੱਥੇ ਰਹਿ ਜਾ, ਨਹੀਂ ਕਹਿੰਦਾ ਮੈਂ ਜਾਣਾ। ਜੋ ਅਨਹੋਣੀ ਹੋਏ ਤੇ ਉਹ ਗੁਰਮੁਖੋ ਸਮਾਂ ਆ ਗਿਆ, ਇੱਥੇ ਬੈਠ ਕਿਸੇ ਨਹੀਂ ਰਹਿਣਾ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਕੱਪੜਾ ਨਵਾਂ ਪਾੜ ਗਿਆ ਤੇ ਉਹਦਾ ਦੁੱਖ ਹੁੰਦਾ ਹੈ, ਚਲੇ ਤੇ ਸਭ ਨਹੀਂ ਜਾਣਾ ਨਾ। ਗੁਰਮੁਖੋ ਬਜ਼ੁਰਗਾਂ ਦੇ ਗੁਰਮੁਖੋ ਕੱਪੜੇ ਭੇਜਦੇ ਨੇ ਰੋ ਰੋ ਕੇ, ਤੇ ਗੁਰਮੁਖੋ ਮਾਤਾ ਬਲਵੰਤ ਕੌਰ ਰਾਜਵੀਰ ਦੀ ਦਾਦੀ ਹੈ, ਦਾਦੀ ਤੇ ਪੋਤੇ ਦਾ ਪਿਆਰ ਗੁਰਮੁਖੋ ਪੜ੍ਹਨਾ ਹੈ ਨਾ, ਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹ ਲਓ। ਬਾਬਾ ਫਤਿਹ ਸਿੰਘ ਦੀ ਉਮਰ ਉਦੋਂ ਪੌਣੇ ਕੁ 2 ਸਾਲ ਦੀ ਸੀ ਜਦੋਂ ਮਾਤਾ ਅਕਾਲ ਚਲਾਣਾ ਕਰਦੀ, ਮਾਤਾ ਜੀਤੋ ਜੀ ਧਿਆਨ, ਤੇ ਛੋਟਾ ਉਦੋਂ ਫਤਿਹ ਸਿੰਘ ਥੋੜ੍ਹੀ ਉਮਰ ਦਾ ਸੀ, ਤੇ ਮਾਂ ਦਾਦੀ ਨੂੰ ਪੁੱਛਦਾ ਸੀ, ਦਾਦੀ ਮਾਤਾ ਗੁਜਰ ਕੌਰ ਨੂੰ, ਮੇਰੀ ਮਾਂ ਕਿੱਥੇ ਹੈ? ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਰਾਜਵੀਰ ਦੀ ਮਾਤਾ ਸਭ ਕੁਝ ਛੱਡ ਕੇ ਗੁਰਮੁਖੋ ਪਰਿਵਾਰ, ਉਹ ਵੀ ਆਪਣੀ ਵਾਰੀ ਅਨੁਸਾਰ, ਤੇ ਪੁੱਛਦਾ ਸੀ ਮੇਰੀ ਮਾਂ ਕਿੱਥੇ ਹੈ? ਤੇ ਮਾਤਾ ਗੁਜਰ ਕੌਰ ਕਹਿੰਦੀ, ਲਾਲ ਤੇਰੀ ਮਾਂ ਸੱਚ ਖੰਡ ਗਈ ਹੈ। ਭੋਲਾ ਸੀ, ਛੋਟਾ ਸੀ, 2 ਸਾਲ ਦੀ ਉਮਰ ਕੀ ਹੁੰਦੀ ਹੈ, ਤੇ ਆਖ ਦਿੰਦਾ ਦਾਦੀ ਮੈਂ ਵੀ ਮਾਂ ਕੋਲ ਜਾਣਾ ਹੈ, ਤੇ ਦਾਦੀ ਉਹਦਾ ਮੂੰਹ ਫੜ ਕੇ ਕਹਿੰਦੀ, ਨਹੀਂ ਫਤਿਹ ਸਿੰਘ ਤੂੰ ਨਹੀਂ ਜਾਣਾ, ਜਦੋਂ ਤੂੰ ਜਾਵੇਂਗਾ ਮੈਂ ਵੀ ਤੇਰੇ ਨਾਲ ਜਾਵਾਂ। ਦਾਦੀ ਕਹਿੰਦੇ, ਇੱਕ ਮਾਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਬਹੁਤਾ ਰੋਇਆ ਕਰੇ, ਤਾਂ ਬੀਬੀਆਂ ਰੋ ਰਹੀਆਂ ਵਿਚਾਰੀਆਂ, ਠੀਕ ਹੈ ਰੋਣਾ ਆਉਂਦਾ ਹੈ, ਪਰ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਭਾਣਾ ਮੰਨਣਾ, ਹੁਕਮ ਮੰਨਣਾ, ਰੋਣਾ ਨਹੀਂ। ਜੇ ਭਾਣਾ ਮੰਨਾਂਗੇ, ਬਾਣੀ ਪੜ੍ਹਾਂਗੇ, ਬਾਣੀ ਸੁਣਾਂਗੇ, ਉਹਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਤੇ ਉਸ ਮਾਂ ਨੂੰ ਉਹਦਾ ਪੁੱਤਰ ਜਿਹੜਾ ਚੜ੍ਹਾਈ ਕਰ ਗਿਆ ਸੀ ਨਾ, ਸੁਪਨੇ ਦੇ ਵਿੱਚ ਮਿਲਿਆ, ਤੇ ਮਹਾਂਪੁਰਸ਼ਾਂ ਨੇ ਕਥਾ ਵਿੱਚ ਜ਼ਿਕਰ ਕੀਤਾ, ਢਿੰਡਰਾਂ ਵਾਲੇ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਕਹਿੰਦੇ, ਉਹ ਮਾਂ ਨੂੰ ਪੁੱਤਰ ਸੁਪਨੇ ਵਿੱਚ ਮਿਲਿਆ, ਤੇ ਉਹਦੇ ਕੱਪੜੇ ਭਿੱਜੇ ਹੋਏ ਸਨ ਪਾਣੀ ਨਾਲ, ਤੇ ਉਹਦੇ ਅੱਗੇ ਹਨੇਰਾ ਹੀ ਹਨੇਰਾ ਸੀ,
ਉਹਨੇ ਪੁੱਛਿਆ, ਪੁੱਤਰ ਬਾਕੀਆਂ ਦੇ ਅੱਗੇ ਚਾਨਣ ਹੈ ਸਾਰਿਆਂ ਦੇ, ਤੇਰੇ ਅੱਗੇ ਹਨੇਰਾ ਕਿਉਂ ਹੈ? ਉਹ ਪੁੱਤਰ ਨੇ ਸੁਪਨੇ 'ਚ ਦੱਸਿਆ, ਮਾਂ ਤੂੰ ਸਾਰਾ ਦਿਨ ਰੋਂਦੀ ਰਹਿੰਦੀ ਹੈ, ਤੇਰੇ ਰੋਣ ਨਾਲ ਮੇਰੇ ਅੱਗੇ ਦੀਵਾ ਬੁੱਝ ਜਾਂਦਾ, ਮੇਰੇ ਅੱਗੇ ਜਿਹੜੇ ਦੀਵੇ ਜਗਦੇ ਨੇ ਉਹ ਤੂੰ ਬੁਝਾ ਦਿੰਦੀ ਹੈ ਰੋ ਰੋ ਕੇ। ਉਸ ਦਿਨ ਤੋਂ ਲੈ ਕੇ ਉਸ ਮਾਂ ਨੇ ਰੋਣਾ ਬੰਦ ਕਰ ਦਿੱਤਾ ਸੀ। ਗੁਰਮੁਖੋ ਹੈ ਬੜਾ ਔਖਾ ਇਹ ਕੰਮ। ਹਕੂਮਤ ਸਿੰਘ ਵਾਲਾ ਪਿੰਡ ਹੈ, ਜਦੋਂ ਮੋਗੇ ਤੋਂ ਆਪਾਂ ਫਿਰੋਜ਼ਪੁਰ ਨੂੰ ਜਾਈਏ ਤਲਵੰਡੀ ਭਾਈ ਦੇ ਕੋਲ, ਦਮਦਮੀ ਤਰਤਾਲ ਦੇ ਸਾਡੇ ਜਥੇਦਾਰ ਸਿੰਘ ਗੁਰਮੁਖੋ, ਉਹਦਾ ਇੱਕ ਭਤੀਜੀ 18 ਸਾਲ ਦਾ ਮੋਗੇ ਐਕਸੀਡੈਂਟ ਧੁੰਦ ਦੇ ਵਿੱਚ ਐਕਸੀਡੈਂਟ ਹੋਇਆ ਤੇ ਉਹ ਕਾਲ ਚਲਾਣਾ ਕਰ ਗਿਆ। ਅਕਾਲ ਚਲਾਣਾ ਕਰ ਗਿਆ, ਅਸੀਂ ਗਏ ਸਾਰੀ ਗੁਰਮੁਖੋ ਮਰਿਆਦਾ ਨਾਲ ਉਹਦਾ ਸੰਸਕਾਰ ਕੀਤਾ, ਅਸੀਂ ਭੋਗ ਤੱਕ ਉੱਥੇ ਰਹੇ 10 ਦਿਨ, ਅਖੰਡ ਪਾਠ ਸਾਹਿਬ ਕੀਤਾ, 2 ਟਾਈਮ ਕਥਾ ਹੋਇਆ ਕਰੇ, ਸਹਿਸ ਕਿਰਤੀ ਦੇ ਸਲੋਕਾਂ ਦੀ ਜੈਂਟਸ ਦੀ ਵਾਰ ਦੀ 2 ਸਲੋਕਾਂ ਦੀ ਕਥਾ ਹੋਇਆ ਕਰੇ। ਗੁਰਮੁਖੋ ਤੁਸੀਂ ਹੈਰਾਨ ਹੋਵੋਗੇ, ਮੈਂ 10 ਦਿਨ ਉੱਥੇ ਰਿਹਾ ਉਹ ਪਰਿਵਾਰ ਵਿੱਚ, ਇਕੱਲਾ ਇਕੱਲਾ ਪੁੱਤਰ, ਇਕਲਾਂ ਦੇ ਘਰ ਧੀਆਂ, ਧੀਆਂ ਘਰ ਦੋਤਰੇ, ਇਕਲਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ, ਇਕਲਾਂ ਦੇ ਘਰ ਇੱਕ, ਉਹ ਵੀ ਜਾਹੇ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਾ ਇੰਜ ਕਰ, ਉਹਨੂੰ ਕੌਣ ਕਹਿ ਸਕਦਾ? ਇਕਲਾਂ ਦੇ ਘਰ ਹੈ ਹੀ ਨਹੀਂ, ਤੇ ਗੁਰਮੁਖੋ ਇਕਲਾਂ ਦੇ ਘਰ ਇੱਕ ਉਹ ਵੀ ਲੈ ਜਾਂਦਾ। ਇੱਕੋ ਪੁੱਤਰ 18 ਸਾਲ ਦਾ ਭਾਈ ਜਸਮੇਲ ਸਿੰਘ ਦਾ ਪੁੱਤਰ ਸੀ ਉਹ, ਜੋ 5 ਪਿਆਰਿਆਂ ਦੇ ਜਥੇਦਾਰ, ਗੁਰਮੁਖੋ ਬਹੁਤ ਗੁਰਮੁਖ ਪਿਆਰੇ, ਦੋਨਾਂ ਦਾ ਪਤੀ ਪਤਨੀ ਨੂੰ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖੇ। ਗੱਲ ਕਹਿ ਦੇਣੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੜੀ ਸੌਖੀ ਲੱਗਦੀ ਹੈ, ਪਰ ਜਿਸ ਤਨ ਲੱਗਿਆ ਸੋਈ ਜਾਣ ਉਹਨੂੰ ਪਤਾ ਹੁੰਦਾ ਨਾ, ਜਿਸ ਦੇ ਬੀਤਦੀ ਹੈ ਉਹ ਇੰਨੇ ਸਿਦਕੀ ਵੇਖੇ। ਉਹ ਬੀਬੀ ਚੌਂਕੜਾ ਮਾਰ ਕੇ ਗੁਰਮੁਖੋ ਉੱਥੇ ਕਥਾ ਵੀ ਹੋਈ, ਕੀਰਤਨ ਹੋਇਆ, ਤੇ ਰਾਗੀ ਸਿੰਘਾਂ ਦੇ ਸਾਹਮਣੇ ਬੀਬੀ ਐਨ ਰੀੜ ਦੀ ਹੱਡੀ ਸਿੱਧੀ ਕਰਕੇ ਚੌਂਕੜਾ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਬੈਠੀ ਸੀ, ਤੇ ਜਿਹੜੀਆਂ ਬੀਬੀਆਂ ਵੀ ਆਉਂਦੀਆਂ ਉਹ ਮੱਥਾ ਟੇਕ ਕੇ ਉਹਦੇ ਕੋਲ ਚੁੱਪ ਕਰਕੇ ਬਹਿ ਜਾਂਦੀਆਂ ਸਨ। ਸਾਡੇ ਵਾਂਗੂ ਨੀ ਗਲੇ ਲੱਗਣਾ, ਰੋਣਾ ਪਿੱਟਣਾ, ਉਹ ਵਿਚਾਰੀ ਨੂੰ ਬਦਲਾਇਆ ਹੋਇਆ ਇਹਨਾਂ ਬੀਬੀਆਂ ਨੇ, ਉਦੋਂ ਦੀਆਂ ਲੱਗੀਆਂ ਹੋਈਆਂ, ਦੱਸੋ ਲੈਣ ਬੰਨੀ ਹੋਈ ਹੈ ਇਹਨਾਂ ਨੇ। ਇਹਨਾਂ ਦਾ ਇਹ ਹੈ ਵੀ ਜਿੰਨਾ ਚਿਰ ਅਸੀਂ ਉਹਦੇ ਗੱਲ ਨਹੀਂ ਲੱਗਾਂਗੀਆਂ ਸਾਡਾ ਆਉਣਾ ਸਫਲਾ ਨਹੀਂ ਹੋਣਾ, ਵੀ ਜਿਹੜੀ ਵਿਚਾਰੀ ਉਹ ਮਾੜਾ ਮੋਟਾ ਉਹਨੂੰ ਹੈ, ਦੱਸੋ ਗਰਮੀ ਦਾ ਸਮਾਂ ਤੁਸੀਂ ਲੈਣ ਬੰਨੀ ਹੈ, ਗੁਰੂ ਗ੍ਰੰਥ ਸਾਹਿਬ ਵੱਲ ਪਿੱਛਾ ਕੀਤਾ ਤੁਸੀਂ, ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਸਮਰਥ ਬਖਸ਼ੇ। ਤੇ ਗੁਰਮੁਖੋ ਗੁਰੂ ਦੇ ਕੋਲ ਆ ਕੇ ਰੋਈਦਾ ਨਹੀਂ, ਇੱਥੇ ਤੇ ਰੋਂਦੇ ਵੀ ਹੱਸਦੇ ਜਾਂਦੇ ਨੇ, ਇਹ ਗੁਰੂ ਦਾ ਗੱਲ ਐਸਾ ਹੈ। ਰੋਣ ਵਾਲੇ ਸੰਸਾਰ ਤੇ ਬੜੇ ਆਏ, ਸਾਰੀ ਜ਼ਿੰਦਗੀ ਰੋਂਦੇ ਰੋਂਦੇ ਚਲੇ ਗਏ। ਸੋ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਰਥ ਬਖਸ਼ੇ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਸੰਸਾਰ ਵਿੱਚ ਸੁਖੀ ਕੌਣ ਹੈ? ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਇਹ ਤੇ ਕਿਸੇ ਬਹੁਤੇ ਪੜ੍ਹੇ ਲਿਖੇ ਨੂੰ ਜਾਂ ਬਹੁਤੀ ਪ੍ਰਾਪਰਟੀ ਵਾਲੇ ਨੂੰ ਸੁਖੀ ਨਹੀਂ ਦੱਸਿਆ, ਇੱਥੇ ਤੋਂ ਗੁਰਮੁਖੋ ਪਰਮੇਸ਼ਰ ਦਾ ਜੋ ਸਿਮਰਨ ਕਰਦਾ ਹੈ, ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਸੰਸਾਰ ਪਾਈਏ ਜੇ ਨਾਮ ਚਿੱਤ ਲਾਈਏ, ਨਾਮ ਜਪਣ ਵਾਲਾ ਗੁਰਮੁਖੋ ਸੰਸਾਰ ਤੇ ਪ੍ਰਗਟ ਹੋ ਜਾਂਦਾ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮੁੱਖ ਵਾਕ ਆਇਆ ਹੈ, ਮੈਂ ਬੇਨਤੀ ਕਰਾਂ ਮੁੱਖ ਵਾਕ ਸੁਣਿਆ ਕਰੋ, ਯਾਦ ਰੱਖਿਆ ਕਰੋ, ਕਮ ਸੇ ਕਮ 1 ਦਿਨ ਤੇ ਯਾਦ ਹੋਣਾ ਚਾਹੀਦਾ ਸਾਨੂੰ। ਮੈਨੂੰ ਇੱਕ ਵਾਰ ਕਿਸੇ ਸਿੱਖ ਨੇ ਟੋਕਿਆ ਸੀ, ਮੈਂ ਉਹ ਲੜ ਪੱਲੇ ਬੰਨ ਲਈ ਉਹਦੀ ਗੱਲ, ਹਰਿਮੰਦਰ ਸਾਹਿਬ ਤੋਂ ਆਏ ਮੱਥਾ ਟੇਕ ਕੇ, ਤੇ ਗੁਰਮੁਖੋ ਕਿਸੇ ਸਿੰਘ ਦੇ ਘਰ ਪ੍ਰਸ਼ਾਦਾ ਛੱਡਣਾ ਸੀ ਅੰਮ੍ਰਿਤਸਰ, ਤੇ ਮੈਨੂੰ ਕਹਿੰਦਾ ਆ ਗਏ ਭਾਈ ਸਾਹਿਬ, ਅਸੀਂ ਆ ਗਏ ਜੀ, ਕਹਿੰਦੇ ਦਰਬਾਰ ਸਾਹਿਬ ਜਾਏ, ਅਸੀਂ ਜਾਏ, ਕਹਿੰਦਾ ਜਦੋਂ ਤੁਸੀਂ ਗਏ ਉਦੋਂ ਰਾਗੀ ਸਿੰਘ ਸ਼ਬਦ ਪੜ੍ਹ ਰਿਹਾ ਸਨ? ਮੈਂ ਕਿਹਾ ਨਹੀਂ, ਉਦੋਂ ਮੁੱਖ ਵਾਕ ਹੋ ਰਿਹਾ ਸੀ। ਕਹਿੰਦੇ ਫਿਰ ਕਿਹੜਾ ਮੁੱਖ ਵਾਕ ਆਇਆ ਸੀ? ਸਾਨੂੰ ਕਿਸੇ ਦੇ ਯਾਦ ਨਹੀਂ, ਸੱਚੀ ਗੱਲ ਦੱਸਦਾ, 5 ਸਿੰਘਾਂ ਦੇ ਕਿਸੇ ਦੇ ਯਾਦ ਨਹੀਂ ਸੀ,
ਅੱਜ ਕੱਲ ਇਹੋ ਹੀ ਅਸੀਂ ਜਾਣ ਜਾਂਦੇ ਹਾਂ। ਹਰਿਮੰਦਰ ਸਾਹਿਬ ਮੈਂ ਕਈ ਵਾਰ ਵੇਖਿਆ ਸਵੇਰੇ ਸਵੇਰੇ 4 ਵਜੇ ਕੰਨ ਨੂੰ ਫੋਨ ਲਾਏ ਹੁੰਦੇ ਨੇ ਅਸੀਂ, ਪਰ ਕਰਮਾਂ ਦੇ ਵਿੱਚ ਗੱਲਾਂ ਕਰਦੇ ਜਾਂਦੇ ਹਾਂ। ਉਹ ਗੁਰਮੁਖੋ ਦਰ ਐਸਾ ਹੈ ਜਿਹਦੇ ਵਰਗਾ ਹੋਰ ਘਰ ਕੋਈ ਹੈ ਨਹੀਂ। ਬੰਦੇ ਵਰਗਾ ਬੰਦਾ ਹੋਵੇਗਾ, ਕੋਈ ਚੀਜ਼ ਵਰਗੀ ਚੀਜ਼ ਹੁੰਦੀ ਹੈ, ਪਸ਼ੂ ਵਰਗੇ ਪਸ਼ੂ ਹੁੰਦੇ ਹੈ, ਹਰ ਚੀਜ਼ ਮੇਲ ਖਾਂਦੀ ਹੈ, ਪਰ ਉਹਦੇ ਵਰਗਾ ਕੋਈ ਦੂਜਾ ਹੈ ਨਹੀਂ। ਅੱਜ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਮੈਂ ਕਈ ਪਰਿਵਾਰ ਵੇਖੇ ਨੇ, ਜਦੋਂ ਸੱਚਖੰਡ ਹਰਿਮੰਦਰ ਸਾਹਿਬ ਤੋਂ ਗੁਰਮੁਖੋ ਮੁੱਖ ਵਾਕ ਆਉਂਦਾ ਹੈ ਤੇ ਉਹ ਭੁੰਜੇ ਚੌਂਕੜੇ ਮਾਰ ਕੇ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਮੁੱਖ ਵਾਕ ਸੁਣਦੇ ਨੇ। ਤੇ ਕਈਆਂ ਤੋਂ ਤੇ ਇਹ ਵੀ ਸੁਣਿਆ ਕਹਿੰਦੇ ਸਾਡੀ ਸੁਰਤੀ ਬਿਰਤੀ ਹਰਿਮੰਦਰ ਸਾਹਿਬ ਪਹੁੰਚ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਕਿਤਾਬ ਹੈ ਹਰਿਮੰਦਰ ਦਰਸ਼ਨ, ਡਾਕਟਰ ਸਰੂਪ ਸਿੰਘ ਅਲੱਗ ਸਾਹਿਬ ਦੀ ਲਿਖੀ ਹੋਈ ਹੈ ਕਿਤਾਬਾਂ। ਬਹੁਤ ਹੀ ਕੁਚੀ ਤੱਕ ਤੇ ਬਲ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗ੍ਰਹਿ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹੋ ਰੇ ਸੰਤੋਖ ਸਿੰਘਾਂ ਦੂਰ ਹੋਤੇ ਰੀਤ ਮਿੱਟ ਜਾਤੀ ਕਥਾ ਬੇਦਨ ਕੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤੀ ਨਾ ਹੋਤੀ ਜੋ ਕਹਿ ਕਰਨਾ ਨਿਧਾਨ ਕੀ। ਜੇ ਕਲਗੀ ਧਰ ਪਾਤਸ਼ਾਹੀ ਨਾਲ ਸੰਸਾਰ ਤੇ ਆਉਂਦੇ ਤੇ ਗੁਰਮੁਖੋ ਆਸੀਸ ਤੇ ਦਸਤਾਰਾਂ ਨਹੀਂ ਸੀ ਸੋਹਣੀਆਂ, ਮੰਦਰਾਂ ਵਿੱਚ ਆਰਤੀ ਨਹੀਂ ਸੀ ਹੋਣੀ, ਅੱਲਾਹੁ ਅੱਲਾਹੁ ਦੇ ਨਾਰੇ ਵੱਜਣੇ ਸਨ ਇੱਥੇ। ਇਹ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ। ਤੇ ਉਸ ਵੇਲੇ ਕਹਿੰਦੇ ਸਿੰਘਾਂ ਨੇ ਜਾ ਕੇ ਸੰਤ ਬਾਬਾ ਜਰਨੈਲ ਸਿੰਘ ਢਿੰਡਰਾਂ ਵਾਲਿਆਂ ਨੂੰ ਆਖਿਆ, ਕਹਿੰਦੇ ਜੀ ਹਿੰਦੂਆਂ ਨੇ ਮੰਦਰ ਬੜਾ ਸੋਹਣਾ ਬਣਾਇਆ, ਉਹ ਹਰਿਮੰਦਰ ਸਾਹਿਬ ਵਰਗਾ ਹੂ ਬਹੂ। ਤੇ ਸੰਤ ਮੁਸਕਰਾ ਕੇ ਕਹਿਣ ਲੱਗੇ, ਠੀਕ ਹੈ ਹਰਿਮੰਦਰ ਸਾਹਿਬ ਦੀ ਨਕਲ ਤੇ ਦੁਰਗਿਆਣਾ ਮੰਦਰ ਤੇ ਬਣਾ ਲਿਆ, ਤੇ ਗੁਰੂ ਰਾਮਦਾਸ ਜੀ ਕਿੱਥੋਂ ਲੈ ਕੇ ਆਉਣਗੇ? ਆਖੋ ਸਤਨਾਮ। ਗੁਰੂ ਰਾਮਦਾਸ ਜੀ ਕਿੱਥੋਂ ਲੈ ਕੇ ਆਉਣਗੇ? ਇਸ ਕਰਕੇ ਉਸ ਥਾਂ ਜੈਸਾ ਕੋਈ ਦੂਜਾ ਥਾਂ ਨਹੀਂ ਹੈ। ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ। ਇਹ ਸੰਸਾਰ ਵਿੱਚ ਗੁਰਮੁਖੋ ਜਿਹੜਾ ਆਇਆ ਹੈ, ਜੋ ਆਇਆ ਸੋ ਚੱਲ ਸੀ, ਆਪੋ ਆਪਣਾ ਹਿਸਾਬ ਕਿਤਾਬ ਨਿਬੇੜਦੇ ਹਾਂ। ਤੇ ਮੈਂ ਬੇਨਤੀ ਕਰ ਰਿਹਾ ਸਾਂ ਅੱਜ ਦਾ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚੋਂ ਜੋ ਮੁੱਖ ਵਾਕ ਅੰਮ੍ਰਿਤ ਵੇਲੇ ਆਇਆ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਵਿੱਚੋਂ ਹੈ। 733 ਅੰਗ ਤੇ ਸੂਹੀ ਰਾਗ ਦੇ ਵਿੱਚ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਇਹ ਮੁੱਖ ਵਾਕ ਦੀਆਂ ਪਹਿਲੀਆਂ ਦੋ ਪੰਕਤੀਆਂ ਹਨ ਸੱਚਖੰਡ ਹਰਿਮੰਦਰ ਸਾਹਿਬ ਦੇ ਤੇ ਨੀਚ ਜਾਤ ਹਰ ਜਪਤਿਆ ਗੁਰਮੁਖੋ ਜਿਹੜਾ ਵਾਹਿਗੁਰੂ ਹਰਿਕਾ ਭਗਤ ਪ੍ਰਗਟ ਨਹੀਂ ਛਪੈ ਹਰੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਕਦੇ ਛੁਪੇ ਨਹੀਂ ਰਹਿੰਦੇ। ਕੌਣ ਨਹੀਂ ਜਾਣਦਾ ਬਾਬਾ ਆਤਮ ਸਿੰਘ ਮਹਾਂਪੁਰਸ਼ਾਂ? ਇੱਕ ਵਾਰ ਗੁਰਮੁਖ ਜੈਸਲਮੇਰ ਦੇ ਇਲਾਕੇ ਵਿੱਚ ਬੀਕਾਨੇਰ ਤੋਂ ਬਹੁਤ ਅੱਗੇ ਦੂਰ ਅਸੀਂ ਗਏ, ਕਥਾ ਹੋ ਰਹੀ ਭੋਲੀ ਸੀ ਤੇ ਬਾਅਦ ਵਿੱਚ ਸੰਗਤਾਂ ਦੁਆਲੇ ਹੋ ਗਈਆਂ, ਤੁਸੀਂ ਬਾਬਾ ਆਤਮ ਸਿੰਘ ਜੀ ਦੇ ਇਲਾਕੇ ਚੋਂ ਆਏ ਹੋ। ਮੈਂ ਹੈਰਾਨ ਹੋ ਗਿਆ ਵੀ ਇੱਥੇ ਵੀ ਬਾਬਾ ਆਤਮ ਸਿੰਘ ਜੀ ਨੂੰ ਜਾਣਦੇ ਨੇ? ਸਾਰੇ ਗੁਰਮੁਖੋ ਸੰਸਾਰ ਵਿੱਚ ਉਹ ਪ੍ਰਗਟ ਹੋ ਜਾਂਦੇ ਨੇ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਨਹੀਂ ਛੁਪੇ ਜਾਂਦੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬਾਬਾ ਆਤਮ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਜੀ ਢਿੰਡਰਾਂ ਵਾਲੇ, ਕੌਣ ਨਹੀਂ ਜਾਣਦਾ ਬੰਦਗੀ ਕਰਨ ਵਾਲਾ? ਇਸ ਕਰਕੇ ਸਤਿਗੁਰੂ ਮਹਾਰਾਜ ਦੀ ਬੰਦਗੀ ਕਰਨ ਵਾਲੇ ਗੁਰਮੁਖੋ ਸੰਸਾਰ 'ਚ ਪ੍ਰਗਟ ਹੋ ਜਾਂਦੇ। ਤੋ ਭਾਈ ਰਾਜਵੀਰ ਸਿੰਘ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਆਏ ਸਨ ਤੇ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ। ਅਰਦਾਸ ਕੀ ਕਰਨੀ ਹੈ? ਕਹਿਤ ਕਬੀਰ ਸੁਣਹੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਨ ਸੀ। ਇਹ ਸੰਸਾਰ ਤੋਂ ਗੁਰਮੁਖੋ ਆਪਾਂ ਵੀ ਇੱਕ ਪੰਛੀ ਦੀ ਤਰ੍ਹਾਂ ਆਏ ਹਾਂ। ਪੰਛੀ ਰੁੱਖ ਤੇ ਬਹਿੰਦਾ, ਉਹਦੀ ਕੋਈ ਆਪਣੀ ਮਰਜ਼ੀ ਨਹੀਂ ਹੈ ਕਿ ਮੈਂ ਇੰਨਾ ਚਿਰ ਇੱਥੇ ਬਹਿਣਾ ਜਾਂ ਇਹ ਮੇਰਾ ਇਹਦੇ ਤੇ ਕਬਜ਼ਾ ਹੈ, ਨਹੀਂ। ਪੰਛੀ ਆਉਂਦਾ ਹੈ ਗੁਰਮੁਖੋ ਦਰਖਤ ਤੇ ਕੁਝ ਪਲ ਬੈਠ ਕੇ ਫਿਰ ਉਡਾਰੀ ਮਾਰ ਜਾਂਦਾ ਹੈ।
ਭਗਤ ਰਵਿਦਾਸ ਜੀ ਨੇ ਵੀ ਬਾਣੀ ਵਿੱਚ ਜ਼ਿਕਰ ਕੀਤਾ ਹੈ। ਇੱਕ ਧਾਰਨਾ ਸੰਤ ਬਾਬਾ ਸੁੰਦਰ ਸਿੰਘ ਜੀ ਢਿੰਡਰਾਂ ਵਾਲੇ ਉਹ ਪੜ੍ਹਦੇ ਹੁੰਦੇ ਸਨ, ਆਓ ਆਪਾਂ ਵੀ ਰਸਨਾ ਪਵਿੱਤਰ ਕਰੀਏ ਤੇ ਫਿਰ ਗੁਰਮੁਖੋਂ ਆਏ ਮੁੱਖ ਵਾਕ ਦੀ ਆਪਾਂ ਵਿਚਾਰ ਕਰਕੇ। ਪ੍ਰਾਨੀ ਜੈਸੇ ਤਰਵਰ ਪੰਖ ਬਸੇਰਾ, ਜੈਸੇ ਤਰਵਰ ਪੰਖ ਬਸੇਰਾ, ਜੈਸੇ ਤਰਵਰ ਸੰਸਾਰ ਦਿਰਖ ਤੇ ਬਹਿ ਕੇ, ਇਹ ਪੰਛੀ ਕਾਦਾ ਮਾਨ ਕਰੇ, ਇਹ ਪੰਛੀ ਕਾਦਾ ਮਾਨ ਕਰੇ, ਇਹ ਪੰਛੀ ਇਸ ਕਰਕੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ ਰੱਖੋ। ਸੰਸਾਰ ਵਿੱਚ ਦੋਨੇ ਪਾਠ ਮੰਨੇ ਜਾਏ ਗਏ ਹੈ, ਦੇਹੀ ਗਿਰਜ ਨਾ ਖਾਈ ਤੇ ਦੇਹੀ ਗਿਰਜਨ ਖਾਈ। ਇਸ ਕਰਕੇ ਉਹ ਗੁਰਮੁਖੋ ਸੰਸਾਰ ਤੇ ਜੀਵ ਆਉਂਦਾ ਹੈ ਆਪੋ ਆਪਣਾ ਹਿਸਾਬ ਕਿਤਾਬ ਕਰਨ ਵਾਸਤੇ। ਕਹਿੰਦੇ ਇੱਕ ਵਾਰ ਕਿਸੇ ਸ਼ਾਹੂਕਾਰ ਨੇ ਉਹਦੇ ਘਰ ਪੁੱਤਰ ਹੈ ਰੇਸ ਤੇ ਇੱਕ ਨੌਕਰ ਘਰ ਵਿੱਚ ਰੱਖ ਲਿਆ, ਤੇ ਜਦੋਂ ਦਾ ਨੌਕਰ ਘਰ ਵਿੱਚ ਰੱਖਿਆ ਨਾ ਉਹਨਾਂ ਦੇ ਘਰ ਬਰਕਤ ਆ ਗਈ, ਕਾਰੋਬਾਰ ਵਿੱਚ ਵਾਧਾ ਹੋ ਗਿਆ। ਤੇ ਸ਼ਾਹੂਕਾਰ ਨੂੰ ਕਹਿਣ ਲੱਗੀ ਆਪਣੇ ਘਰ ਵਾਲੇ ਨੂੰ ਆ ਗਿਆ, ਕਹਿਣ ਲੱਗਾ ਪੁੱਤਰ ਨੂੰ ਇੰਨੀ ਕਿੱਥੋਂ ਦੇਵਾਂਗੇ, ਇਹ ਕਿਹੜਾ ਆਪ ਰੱਬ ਦੀ ਕੋਈ ਐਸੀ ਕਰੋਪੀ। ਸਮਾਂ ਆਇਆ ਤੇ ਉਹ ਬਿਮਾਰ ਹੋ ਗਿਆ, ਇਲਾਜ ਕਰਾਇਆ, ਬਹੁਤ ਦੂਰ ਦੁਰੇਡੇ ਤੱਕ ਇਲਾਜ ਕਰਾਇਆ ਪਰ ਆਰਾਮ ਨਹੀਂ ਆਇਆ। ਅਖੀਰ ਡਾਕਟਰਾਂ ਨੇ ਕਹਿ ਦਿੱਤਾ ਵੀ ਇਹਦੀ ਮੌਤ ਹੋ ਜਾਣੀ ਹੈ। ਸ਼ਾਹੂਕਾਰ ਨੇ ਆਖਿਆ ਪਤਾ ਨਹੀਂ ਕਦੋਂ ਮਰੇਗਾ। ਸ਼ਾਹੂਕਾਰ ਨੇ ਉਸ ਬੱਚੇ ਨੂੰ ਜ਼ਹਿਰ ਦਾ ਟੀਕਾ ਲਵਾ ਦਿੱਤਾ, ਜਿਹੜਾ ਮਤਰੇਆ ਸੀ ਨਾ ਲਾਲਚ ਵਿੱਚ ਆ ਗਿਆ, ਲਾਲਚ ਵਿੱਚ ਵੀ ਇੰਨੀ ਪ੍ਰੋਪਰਟੀ ਦਾ ਮਾਲਕ ਇਹਨੂੰ ਬਣਾਵਾਂਗਾ ਇਹ ਕਿਹੜਾ ਮੇਰਾ। ਉਹਦੀ ਮੌਤ ਹੋ ਗਈ, ਸਮਾਂ ਲੰਘਿਆ, ਥੋੜੇ ਚਿਰ ਬਾਅਦ ਉਹਦੇ ਘਰ ਪੁੱਤਰ ਪੈਦਾ ਹੋ ਗਿਆ ਸੇਠ ਦੇ ਘਰ। ਸੇਠ ਕਹਿਣ ਲੱਗਾ ਮੈਂ ਤੇ ਸੁਣਿਆ ਸੀ ਵੀ ਪਾਪ ਜਿਹੜਾ ਉਹ ਬਹੁਤਾ ਫਲਦਾ ਹੁੰਦਾ, ਮੈਨੂੰ ਤੇ ਪਾਪ ਕਰਕੇ ਸਗੋਂ ਜ਼ਿਆਦਾ ਮੈਨੂੰ ਤੇ ਕਮਦੜ ਹੋਈ ਹੈ, ਮੇਰੇ ਘਰ ਪੁੱਤਰ ਆ ਗਿਆ। ਪੁੱਤਰ ਗੁਰਮੁਖੋਂ ਜਵਾਨ ਹੋਇਆ, 12-15 ਸਾਲ ਦਾ ਜਦੋਂ ਹੋ ਗਿਆ ਤੇ ਉਹ ਵੀ ਬਿਮਾਰ ਹੋ ਗਿਆ। ਅਖੀਰ ਉਹਦਾ ਵਿਆਹ ਕੀਤਾ ਗਿਆ, ਪੁੱਤਰ ਦਾ ਵਿਆਹ ਕੀਤਾ, ਵਿਆਹ ਤੋਂ ਬਾਅਦ ਬਹੁਤਾ ਬਿਮਾਰ ਹੋਇਆ, ਬਿਮਾਰ ਵੀ ਇੱਥੋਂ ਤੱਕ ਬਹੁਤੇ ਇਲਾਜ ਕਰਾਏ ਪਰ ਬਚ ਨਹੀਂ ਸਕਿਆ। ਬੇਹੋਸ਼ੀ ਦੀ ਹਾਲਤ ਵਿੱਚ ਗੁਰਮੁਖੋਂ ਹੌਸਪੀਟਲ ਦੇ ਵਿੱਚ ਬੱਚਾ ਗੁਰਮੁਖੋਂ ਅੱਧ ਸੁੱਤਾ ਹੈ, ਉਹਦੇ ਘਰ ਵਾਲੇ ਵੀ ਕੋਲ ਖਲੋਤੀ ਹੈ, ਸੇਠ ਵੀ ਕੋਲ ਹੈ, ਆਪਣੇ ਪੁੱਤਰ ਵੱਲ ਵੇਖ ਕੇ ਬੜਾ ਦੁਖੀ ਹੋ ਰਿਹਾ। ਯਾਦ ਰੱਖਿਆ ਜੇ ਗੁਰਮੁਖੋਂ, ਪਰ ਇੱਕ ਬੋਝ ਐਸਾ ਹੈ ਜਿਹੜਾ ਮਾਤਾ ਪਿਤਾ ਦਾ ਲੱਕ ਤੋੜ ਦਿੰਦਾ ਹੈ, ਉਹ ਹੈ ਬੋਝ, ਉਹ ਭਾਰ ਕਾਹਦਾ ਹੈ, ਨੌਜਵਾਨ ਧੀ ਪੁੱਤਰ ਦੀ ਅਰਥੀ ਨੂੰ ਪਿਤਾ ਮੋਢਾ ਲਾਉਂ, ਇਹ ਬਹੁਤ ਵੱਡਾ ਬੋਝ ਹੈ। ਕਿਸੇ ਸਿਆਣੇ ਨੇ ਲਿਖਿਆ, ਮਾਵਾਂ ਹੋਵਣ ਅੰਨੀਆਂ ਜਦ ਮਰਦੇ ਪੁੱਤ ਜਵਾਨ, ਲੱਕ ਟੁੱਟ ਜਾਏ ਬੁੱਢੇ ਬਾਪ ਦਾ ਜਦ ਰੁੱਸ ਜਾਏ ਭਗਵਾਨ, ਭਾਈ ਮਰੇ ਬਾਹ ਭੱਜਦੀ ਹੈ। ਸਿਆਣੇ ਕਹਿੰਦੇ ਨੇ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ। ਕਹਿੰਦੇ ਜਦੋਂ ਰਾਮ ਚੰਦਰ ਜੀ ਬਨਵਾਸ ਨੂੰ ਗਏ ਨਾ ਤੇ ਭਰਾ ਦਾ ਇੰਨਾ ਪਿਆਰ ਸੀ ਲਕਸ਼ਮਣ ਦਾ ਤੇ ਰਾਮ ਚੰਦਰ ਜੀ ਦਾ ਬਨਵਾਸ ਕੱਲੇ ਰਾਮ ਚੰਦਰ ਜੀ ਨੂੰ ਮਿਲਿਆ ਸੀ ਲਕਸ਼ਮਣ ਨੂੰ ਨਹੀਂ, ਪਰ ਲਕਸ਼ਮਣ ਜੀ ਪਿਆਰ ਭਰਾ ਦੇ ਪਿਆਰ ਵਿੱਚ ਬੱਝੇ, ਉਹ ਬਨਵਾਸ ਨਾਲ ਗਿਆ ਸੀ ਭਰਾ ਦੇ 14 ਸਾਲ। ਜੈਸੇ ਰਲਮੈ ਸੱਖਾ ਭਰਾਤ, ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਕਿ ਭਰਾ ਦੀ ਦੂਜੀ ਥਾਂ ਨਹੀਂ ਕੋਈ ਹੋ ਸਕਦਾ। ਭਾਈ ਮਾਵਾਂ ਹੋਵਣ ਅੰਨੀਆਂ ਜਦ ਮਰਦੇ ਪੁੱਤ ਜਵਾਨ, ਲੱਕ ਟੁੱਟ ਜਾਏ ਬੁੱਢੇ ਬਾਪ ਦਾ ਜਦ ਰੁੱਸ ਜਾਏ ਭਗਵਾਨ, ਭਾਈ ਮਰੇ ਬਾਂਹ ਭੱਜਦੀ ਏ, ਅੱਖੀ ਉਹਨੇ ਵਹਿੰਦੇ ਨੀਰ, ਉੱਥੇ ਚੜ ਭੈਣਾਂ ਰੋਂਦੀਆਂ, ਗੈ ਵਿਛੜ ਜਿੰਨਾ ਵੀਰ। ਉਹ ਭੈਣ ਨੂੰ ਪੁੱਛੋ, ਉਹ ਪਿਤਾ ਨੂੰ ਪੁੱਛੋ, ਉਹ ਭਰਾ ਨੂੰ ਪੁੱਛੋ ਗੁਰਮੁਖੋ, ਇਹ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ, ਮਾਏ ਬਾਪ ਕੋ ਬੇਟਾ ਨੀਕਾ, ਸਸਰੇ ਚੰਦਰ ਜਵਾਈ,
ਮਾਂ ਬਾਪ ਨੂੰ ਆਪਣਾ ਪੁੱਤਰ ਪਿਆਰਾ ਲੱਗਦਾ ਹੈ, ਮਾਏ ਬਾਪ ਕੋ ਬੇਟਾ ਨੀਕਾ, ਨੀਕੇ ਦਾ ਅਰਥ ਹੈ ਚੰਗਾ ਸੁੰਦਰ ਪਿਆਰਾ। ਸਸਰਾ ਚਤੁਰ ਜਵਾਈ, ਸੱਸ ਨੂੰ ਆਪਣਾ ਸਿਆਣਾ ਜਵਾਈ ਚੰਗਾ ਲੱਗਦਾ ਹੈ। ਬਾਲ ਕੰਨਿਆਂ ਕੋ ਬਾਪ ਪਿਆਰਾ, ਇਹ ਗੁਰਮੁਖੋ ਛੋਟੀ ਬੱਚੀ ਨੂੰ ਆਪਣਾ ਪਿਤਾ ਬੜਾ ਪਿਆਰਾ ਲੱਗਦਾ ਹੈ। ਭਾਈ ਕੋ ਅੱਤ ਭਾਈ, ਭਾਈ ਨੂੰ ਪਿਆਰਾ ਲੱਗਦਾ ਹੈ ਭਰਾ, ਅੱਤ ਅੱਤ ਦਾ ਪਿਆਰਾ। ਇਸ ਕਰਕੇ ਉਹ ਵੀਰ ਸਾਡੇ ਵਿੱਚੋਂ ਚਲਿਆ ਗਿਆ ਹੈ ਤੇ ਪੁੱਤਰ ਦਾ ਵਿਛੋੜਾ। ਗੁਰਮੁਖੋ ਤ੍ਰੇਤੇ ਦਾ ਇਤਿਹਾਸ ਪੜ੍ਹ ਲਓ, ਦੁਆਪਰ ਦਾ ਪੜ੍ਹ ਲਓ, ਵੱਡੇ ਵੱਡੇ ਰਾਜੇ ਵੀ ਟੱਕਰਾਂ ਮਾਰ ਕੇ ਪੁੱਤਰ ਦੇ ਵਿਛੋੜੇ ਵਿੱਚ ਮਰ ਗਏ, ਪਰ ਪੁੱਤਰ ਦਾ ਵਿਛੋੜਾ ਐਸਾ ਹੋਇਆ। ਕਿਸੇ ਨੇ ਜਿਉਂਦਾ ਮੁਰਦਾ ਵੇਖਣਾ ਹੋਵੇ ਨਾ, ਜਿਉਂਦੇ ਮੁਰਦੇ, ਇੱਕ ਤੇ ਮਰਿਆ ਮੁਰਦਾ ਹੁੰਦਾ, ਇੱਕ ਜਿਉਂਦਾ ਮੁਰਦਾ। ਤੇ ਮੈਂ ਬੇਨਤੀ ਕਰਾਂ ਇਹ ਪਰਿਵਾਰ ਨੂੰ ਵੇਖ ਲਿਆ, ਇਹ ਘੁੰਮਣ ਪਰਿਵਾਰ, ਸਰਦਾਰ ਰਤਨ ਸਿੰਘ ਬਜ਼ੁਰਗ ਤੇ ਮਾਤਾ ਬਲਵੰਤ ਕੌਰ ਨੂੰ, ਇਹ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ, ਤੁਰਦੀਆਂ ਫਿਰਦੀਆਂ ਲਾਸ਼ਾਂ, ਜਿਨ੍ਹਾਂ ਦੇ ਸਾਹਮਣੇ ਗੁਰਮੁਖੋ ਨੌਜਵਾਨ ਪੋਤਰੇ ਦੀ ਅਰਥੀ ਜਾ ਰਹੀ ਹੋਵੇ, ਤੇ ਉਹ ਦੱਸੋ ਉਹ ਸਰੀਰ ਨਹੀਂ, ਉਹ ਮਿੱਟੀ ਹੈ, ਉਹ ਮੁਰਦਾ ਹੈ। ਤੇ ਵਿਛੋੜਾ ਚਾਰ ਲੈਣਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀ, ਉਹਦੇ ਵਿੱਚ ਦੁਆਪਰ ਦਾ ਤੇ ਤ੍ਰੇਤੇ ਦਾ ਤੇ ਕਲਯੁਗ ਦੇ ਅਜੋਕੇ ਸਮੇਂ ਦਾ ਵੀ ਜ਼ਿਕਰ ਆ ਜਾਵੇ। ਇਹਦੇ ਭਗਵਾਨ ਰਾਮ ਚੰਦਰ ਜੀ ਜਦੋਂ ਬਨਵਾਸ ਰਹਿੰਦਾ ਰਿਹਾ, ਜਦੋਂ ਪੁੱਤਰ ਦਾ ਰਾਤ ਲਾਂਭੇ ਹੋ ਗਿਆ, ਨਾਲੇ 14 ਸਾਲ ਦਾ ਬਨਵਾਸ ਸੀ, ਕੋਈ ਬਹੁਤੀ ਵੱਡੀ ਗੱਲ ਨਹੀਂ ਸੀ, ਆਪਾਂ ਹਊਆ ਬਣਾ ਲਿਆ 14 ਸਾਲ, ਪਰ ਨਹੀਂ ਖਾਲਸਾ ਜੀ, ਤ੍ਰੇਤੇ ਦੇ ਵਿੱਚ ਬੰਦੇ ਦੀ ਉਮਰ 10,000 ਸਾਲ ਹੁੰਦੀ ਸੀ। ਉਮਰ ਵੀ ਤਾਂ ਵੇਖੋ ਨਾ, ਆਪਾਂ ਨੇ ਪੜ੍ਹ ਲਿਆ ਜੀ 14 ਸਾਲ ਦਾ ਬਨਵਾਸ ਰਾਮ ਚੰਦਰ ਜੀ ਨੂੰ, ਪਰ ਬੰਦੇ ਦੀ ਉਮਰ ਉਹ 10 ਸੀ। ਪੁੱਤਰ ਨੇ ਘਰ ਆ ਜਾਣਾ ਹੈ, ਪਤਾ ਸੀ ਪੁੱਤਰ ਨੇ ਆ ਜਾਣਾ, ਪਰ ਨਹੀਂ, ਪੁੱਤਰ ਦਾ ਵਿਛੋੜਾ ਨਹੀਂ ਸਹਿ ਸਕਿਆ। ਗੁਰਬਾਣੀ ਵਿੱਚ ਗੁਰਮੁਖੋ 3 ਦੁੱਖ ਦੱਸੇ ਨੇ, ਦੁੱਖ ਵਿਛੋੜਾ, ਇੱਕ ਵਿਛੋੜੇ ਦਾ ਦੁੱਖ ਹੈ ਜੋ ਸਾਡਾ, ਤੇ ਭਾਈ ਰਾਜਵੀਰ ਸਿੰਘ ਦਾ ਵਿਛੋੜਾ। ਪੁੱਤਰ ਵਿਦੇਸ਼ ਗਿਆ, ਪਤਾ ਘਰ ਆ ਜਾਣਾ, ਪਰ ਉਹ ਐਸੇ ਦੇਸ਼ ਵਿੱਚ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ, ਮਰਨੇ ਵਾਲੇ ਕਦੀ ਵਾਪਸ ਨਹੀਂ ਆਤੇ, ਉਨਕੀ ਯਾਦ ਆਤੀ ਹੈ। ਇੱਕ ਦੁੱਖ ਸਖਤ ਵਾਰ ਜੰਮ ਦੂਤ, ਦੂਜਾ ਦੁੱਖ ਹੈ ਜੰਮਣ ਮਰਨ ਦਾ। ਇੱਕ ਦੁੱਖ ਰੋਗ ਲੱਗੇ ਤਨ ਧਾਏ, ਇੱਕ ਸਰੀਰ ਨੂੰ ਕੋਈ ਰੋਗ ਲੱਗ ਜਾਏ, ਵੈਦ ਨਾ ਭੋਲੇ ਦਾਰੂ ਨਾਲ। ਦੋ ਸੁੱਤ ਰਹੇ ਘਰ ਬਨ ਕੋ ਸਿਧਾਰੇ, ਦੋ ਦਸਰਥ ਗਿਰ ਕਰ ਪ੍ਰਾਣ ਕੋ ਨਿਕਾਰਾ ਹੈ। ਧਿਆਨ ਲਿਆ ਜੇ, ਚਾਰ ਭਰਾ ਸਨ ਰਾਮ ਚੰਦਰ ਜੀ, ਚਾਰ ਭਰਾ। ਇਹ ਰਾਮ ਚੰਦਰ ਜੀ ਦਾ ਜਿਹੜਾ ਪਿਤਾ ਦਸਰਥ, ਉਹ ਗੁਰਮੁਖੋ ਜਦੋਂ ਆਪਾਂ ਪਟਿਆਲੇ ਤੋਂ ਭੇਵੇ ਨੂੰ ਜਾਈਏ ਨਾ, ਤੇ ਰਸਤੇ ਚ ਘੜਾਮ ਆਉਂਦਾ, ਘੜਾਮ, ਉੱਥੇ ਰਾਮ ਚੰਦਰ ਜੀ ਦਾ ਪਿਤਾ ਵਿਆਹਿਆ ਹੋਇਆ ਸੀ। ਭਗਵਾਨ ਰਾਮ ਚੰਦਰ ਜੀ ਦੇ ਨਾਨਕੇ ਨੇ ਉੱਥੇ ਕਢਾਮ, ਰਾਜਾ ਦਸਰਥ ਉੱਥੇ ਵਿਆਹਿਆ ਹੋਇਆ ਸੀ। ਦਸਰਥ ਮਹਿਲਾਂ ਤੇ ਚੜ ਗਿਆ, ਪੁੱਤਰ ਦਾ ਰੱਬ ਵੇਂਦਾ ਰਿਹਾ, ਨਾਲੇ ਪਤਾ ਵੀ ਦੋ ਘਰ ਨੇ, ਇਹ ਦੋ ਬਨਵਾਸ ਚੱਲੇ ਨੇ, ਵਾਪਸ ਉਹਦਾ ਵੀ ਆ ਜਾਣਾ, ਪਰ ਵਿਛੋੜਾ ਨਹੀਂ ਸਹਿ ਸਕਿਆ। ਦੋ ਸੁੱਤ ਰਹੇ ਘਰ ਬੰਨ ਕੋ ਸਿਧਾਰੇ, ਦੋ ਦਸਰਥ ਗਿਰ ਕਰ ਪ੍ਰਾਣ ਕੋ ਨਿਕਾਰਾ ਹੈ। ਅਸ ਅਸ ਥਾਮਾ ਹਤੋ, ਦਰੋਣਾ ਜੀ ਨੇ ਪ੍ਰਾਣ ਤਿਆਗੇ। ਜਦੋਂ ਮਹਾਂਭਾਰਤ ਦਾ ਯੁੱਧ ਹੋਇਆ ਨਾ, ਸੁੱਖ ਸੁੱਖ ਵਿੱਚ ਗੁਰਮੁਖੋ ਉਹਦਾ ਭਾਣਾ ਮੰਨਣਾ ਹੈ, ਜੇ ਸੁੱਖ ਦੇ ਤਾਂ ਤੁਜੈ ਆਰਾਧੀ, ਦੁੱਖ ਵੀ ਤੁਜੈ ਧਿਆਏ। ਦੁੱਖ ਵਿੱਚ ਸੁੱਖ ਵਿੱਚ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਲੜ ਨਹੀਂ ਛੱਡਣਾ ਚਾਹੀਦਾ। ਆਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਆਏ, ਮੁੱਖ ਵਾਕ ਦੀ ਹੁਕਮ ਹੋਇਆ ਸੀ, ਸਮੇਂ ਵਿੱਚ ਰਹਿ ਕੇ ਸਮਾਪਤੀ ਕਰਨੀ ਹੈ। ਸੋ ਜੋ ਭਾਈ ਰਾਜਵੀਰ ਸਿੰਘ ਗੁਰਮੁਖੋ ਇਹਨਾਂ ਦੀ ਧਰਮ ਸੰਬੰਧੀ ਜੇ ਸਾਡੀ ਸਤਕਾਰ ਭੈਣ ਲੱਗਦੀ ਹੈ, ਗਰਮਪ੍ਰੀਤ, ਨਮਨਪ੍ਰੀਤ ਸਿੰਘ, ਸਰਦਾਰ ਗੁਰਮੇਲ ਸਿੰਘ ਜੀ ਘੁੰਮਣ, ਰਿਟਾਇਰਡ ਲੈਕਚਰ ਆਰ ਸਾਹਿਬ, ਸਰਦਾਰ ਰਤਨ ਸਿੰਘ ਜੀ ਘੁੰਮਣ, ਜੋ ਸਰਦਾਰ ਰਾਜਵੀਰ ਸਿੰਘ ਦੇ ਸਤਿਕਾਰਯੋਗ ਦਾਦਾ ਜੀ ਨੇ, ਸਤਿਕਾਰਯੋਗ ਦਰਦ ਮਾਤਾ ਬਲਵੰਤ ਕੌਰ ਜੋ ਰਾਜਵੀਰ ਦੇ ਦਾਦੀ ਜੀ ਹਨ, ਸਤਿਕਾਰਯੋਗ ਭੈਣ ਮਨਦੀਪ ਕੌਰ ਜੋ ਰਾਜਵੀਰ ਦੀ ਭੈਣ ਹੈ, ਤੁਹਾਡੇ ਜੋੜੇ ਝਾੜਨ ਵਾਸਤੇ ਵੀ ਦਾਸ ਨੂੰ ਭਾਈ ਸਾਹਿਬ ਨੇ ਹੁਕਮ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਆਪਾਂ
ਗੁਰਮਤ ਦੀਆਂ ਗੁਰ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ। ਸਾਡੇ ਵਰਗਾ ਅਧੂਰਾ ਉਸ ਪੂਰੇ ਦਾ ਕੀ ਜਸ ਕਰ ਸਕਦਾ, ਉਹ ਬੇਅੰਤ ਹੈ। ਕਲਗੀਧਰ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਚੰਡੀ ਦੀ ਵਾਰ ਵਿੱਚ ਜ਼ਿਕਰ ਕੀਤਾ ਹੈ, ਤੈਂ ਹੀ ਦੁਰਗਾ ਸਾਜਕੇ ਦੈਤਾਂ ਦਾ ਨਾਸ਼ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ। ਜੇ ਉੱਠ ਕੇ ਆਪਣੇ ਧੰਦਿਆਂ ਨੂੰ ਲੱਗ ਜਾਂਦਾ, ਨਹੀਂ ਸਤਿਗੁਰੂ ਤੋਂ ਪੁੱਛੋ ਸਵੇਰੇ ਉੱਠ ਕੇ ਕਰਨਾ ਕੀ ਹੈ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਫਸਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਉੱਠ ਕੇ ਨਾਮ ਜਪਣਾ ਹੈ, ਇਸ ਲਈ ਇੱਕ ਗੁਣ ਨਹੀਂ ਮੂਰਖ ਜਾਤਾ, ਹਰ ਆਰਾਧਨਾ ਜਾਣਨਾ ਰੇ, ਹਰ ਹਰੀ ਵਰਨ ਨੂੰ ਪਰਮੇਸ਼ਰ ਦੀ ਆਰਾਧਨਾ ਕਰਨਾ ਜਾਣਦਾ ਹੀ ਨਹੀਂ ਹੈ। ਹਰ ਹਰ ਗੁਰ ਗੁਰ ਕਰਤਾ ਰੇ, ਵਾਹਿਗੁਰੂ ਵਾਹਿਗੁਰੂ ਹਰ 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 ਗੁਰੂ ਗੁਰੂ ਕਰਦਾ ਹੀ ਰਹਿੰਦਾ, ਉੱਤੋਂ ਉੱਤੋਂ ਕਰਦਾ ਹੀ ਰਹਿੰਦਾ ਹੈ, ਅੰਦਰ ਨਹੀਂ ਅੰਦਰ ਨਹੀਂ ਲਗਾਉਂਦਾ। ਇਸ ਲਈ ਗਲੇ ਰਾਹੀਂ ਹਰ ਹਰ ਗੁਰ ਗੁਰ ਕਰਦਾ ਰੇ, ਵਾਹਿਗੁਰੂ ਵਾਹਿਗੁਰੂ ਹਰ ਹਰ ਕਰਦਾ ਹੀ ਰਹਿੰਦਾ ਹੈ ਲੋਕ ਵਿਖਾਵਾ। ਹਰ ਜੀਓ ਨਾਮ ਪਰਿਓ ਰਾਮ ਦਾਸ, ਪਰਮਾਤਮਾ ਸਾਨੂੰ ਰਾਮ ਦੇ ਦਾਸ, ਰੱਬ ਦੇ ਪਿਆਰੇ ਕਹਿੰਦੇ ਨੇ ਲੋਕ ਵੇਖਣ ਵਾਲੇ, ਇਹ ਰੱਬ ਦੇ ਪਿਆਰੇ ਨੇ, ਇਹ ਬਾਣੀ ਪੜ੍ਹਨ ਵਾਲੇ ਨੇ, ਪਰ ਸਾਡੇ ਵਿੱਚ ਗੁਣ ਕੋਈ ਨਹੀਂ। ਸਤਿਗੁਰੂ ਮਾਰੇ ਹਰ ਆਨੰਦ ਨੂੰ ਜਾਣਨਾ ਨੇ, ਹਰ ਹਰ ਗੁਰੂ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮ ਦਾਸ, ਰਾਮ ਦੇ ਦਾਸ ਰੱਬ ਦੇ ਪਿਆਰੇ, ਨਾਮ ਪਿਆ ਹੋਇਆ ਹੈ ਸਾਡਾ ਰਹਾਓ। ਸਰਾਮ ਦੇ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਕਿਰਪਾ ਕਰਦੇ ਹਨ ਜੀ, ਦੀਨ ਦਇਆਲ ਕਿਰਪਾਲ ਸੁਖ ਸਾਗਰ, ਦੀਨਾਂ ਤੇ ਦਇਆ ਕਰਨ ਵਾਲਾ ਕਿਰਪਾਲੂ, ਕਿਰਪਾ ਦਾ ਗੁਣਤ ਸਦਾ ਹੈ ਸੰਗੇ, ਦੇਖਤ ਸੁਣਤ ਸਦਾ ਹੈ ਸੰਗੇ, ਉਹ ਵੇਖਦਾ ਵੀ ਹੈ ਸੁਣਦਾ ਵੀ ਹੈ, ਉਹ ਸਦਾ ਅੰਗ ਸੰਗ ਹੈ, ਸਾਡੇ ਔਗਣ ਵੀ ਵੇਖਦਾ ਹੈ, ਉਹ ਮਹਾਰਾਜ ਸਭ ਕੁਝ ਜਾਣੀ ਜਾਣ ਹੈ। ਮੈਂ ਮੂਰਖ ਜਾਣਿਆ ਦੂਰੀ ਰੇ, ਮੈਂ ਮੂਰਖ ਨੇ ਦੂਰ ਸਮਝਿਆ ਹੈ ਪਰਮੇਸ਼ਰ ਨੂੰ, ਪਰ ਦੂਰ ਨਹੀਂ ਹੈ, ਨੇੜੇ ਨਾ ਹੀ ਦੂਰ, ਉਹਦੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਕੌਰ ਮੰਦਰਾਂ ਵਾਲੇ ਜਦੋਂ ਲੈਲਪੁਰ ਗਏ 47 ਤੋਂ ਪਹਿਲਾਂ, ਬਹੁਤ ਸਾਲ ਪਹਿਲਾਂ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਭਾਈ ਰਾਜਸਥਾਨ ਨੂੰ ਚਲੇ ਜਾਓ, ਇੱਥੇ ਹੱਲਾ ਜੁੱਲਾ ਹੋਣਾ ਹੈ। ਉਹਨਾਂ ਨੇ ਬਚਨ ਮੰਨ ਕੇ ਮਹਾਂਪੁਰਸ਼ਾਂ ਦਾ ਸਾਰਾ ਪਰਿਵਾਰ ਜਾਇਆਂਗਾ, ਜ਼ਮੀਨ ਸਾਂਭ ਵੱਟ ਕੇ ਵੇਚ ਕੇ ਅੱਜ ਵੀ ਰਹੇ ਹੋ, ਤੇ ਮਹਾਂਪੁਰਸ਼ ਉਹਨਾਂ ਕੋਲ ਗੰਗਾ ਨਗਰ ਵੀ ਜਾਂਦੇ ਹੋ, ਲੈਲਪੁਰੀਆਂ ਦਾ ਬਾਗ ਉੱਥੇ ਮਸ਼ਹੂਰ ਹੈ, ਸੰਤ ਉੱਥੇ ਮਹੀਨਾ ਮਹੀਨਾ ਰਹਿ ਕੇ ਕਥਾ ਕਰਦੇ ਹੁੰਦੇ ਸਨ। ਇੱਕ ਦਿਨ ਸੰਤਾਂ ਦੇ ਨਾਲ ਇੱਕ ਗੜਬਾਈ ਸੀ, ਜੋਗੇ ਰੱਲੇ, ਮੈਂ ਮੂਰਖ ਦੇ ਉਪਦੇਸ਼ੋ ਰੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਮੇਰੇ ਵਰਗੇ ਮੂਰਖਾਂ ਦੀ ਕੀ ਗੱਲ ਹੈ, ਕੋਟ ਪ੍ਰਾਂਤੀ ਤਰਿਆ ਰੇ, ਕੋੜਾ ਅਪਰਾਧ ਕਰਨ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਉਹ ਵੀ ਤਰ ਗਏ। ਗੁਰ ਨਾਨਕ ਜਿਣ ਸੁਣਿਆ ਵੇਖਿਆ, ਆਹ ਗੱਲ ਆਪਣੇ ਪੱਲੇ ਬੰਨ ਲਿਆ ਜੀ, ਆਪਾਂ ਸਮਾਪਤੀ ਕਰਨ ਲੱਗੇ ਆ। ਗੁਰੂ ਨਾਨਕ ਨੂੰ ਜਿਨ੍ਹਾਂ ਨੇ ਸੁਣਿਆ ਹੈ, ਗੱਲ ਕਰ ਅਸੀਂ ਸੁਣਦੇ ਨਹੀਂ ਹਾਂ, ਬੜੇ ਪਾਠ ਕਰ ਲਏ, ਅੰਮ੍ਰਿਤ ਵੇਲਾ ਸਾਂਭ ਲਿਆ, ਉਹਨਾਂ ਸਭ ਕੁਝ ਹੀ ਸਾਂਭ ਲਿਆ, ਜਿਹਨਾਂ ਅੰਮ੍ਰਿਤ ਵੇਲਾ ਗਵਾਲਿਆ ਉਹਨਾਂ ਸਭ ਕੁਝ ਹੀ ਗਵਾਲਿਆ। ਇਹ ਸੰਤ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਸਿੱਖ ਦਾ ਭਾਵੇਂ 100 ਘੜਾ ਘਿਓ ਦਾ ਵੀ ਕਿਉਂ ਨਾ ਡੁੱਲ ਜਾਏ, ਕਦੇ ਸਿੱਖ ਨੂੰ ਨਿਤਨੇਮ ਨਹੀਂ ਛੱਡਣਾ ਚਾਹੀਦਾ। ਮੈਂ ਬੇਨਤੀ ਕਰਾਂ ਜਿੰਨੇ ਵੀ ਸਰੀਰ ਆਏ, ਬਹੁਤੀ ਗਿਣਤੀ ਟੀਚਰ ਸਾਹਿਬਾਨਾਂ ਦੀ, ਗੁਰਮੁਖੋ ਆਪਣੀ ਡਿਊਟੀ ਤੇ ਜਾਣ ਤੋਂ ਪਹਿਲਾਂ ਗੁਰਮੁਖੋ 5 ਬਾਣੀਆਂ ਦਾ ਨਿਤਨੇਮ ਅਤਿ ਜ਼ਰੂਰੀ ਹੈ। ਪ੍ਰਸ਼ਾਦਾ ਛਕਣਾ ਭਾਵੇਂ ਭੁੱਲ ਜਾਓ, ਪਰ ਗੁਰੂ ਕੇ ਸਿੱਖ ਨੇ ਕਦੇ ਨਿਤਨੇਮ ਨਹੀਂ ਛੱਡਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੇਨਤੀ ਕਰਦੇ ਹਨ, ਮੈਂ ਮੂਰਖ ਦੀ ਕੇਤਕ ਬਾਤ ਹੈ, ਕੋਟ ਬਰਾਦੀ ਕਰਿਆ ਦੇ, ਗੁਰ ਨਾਨਕ ਜਿਨ ਸੁਣਿਆ ਦੇਖਿਆ, ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕੀਤਾ, ਜਿਨ੍ਹਾਂ ਨੇ ਗੁਰੂ ਨਾਨਕ ਦੀ ਬਾਣੀ ਨੂੰ ਸੁਣਿਆ, ਫਿਰ ਦਰਬਾਸ ਨਾ ਕਰਿਆ ਰੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਸੇ ਫਿਰ ਗਰਬਾਸ ਨਾ ਕਰਿਆ ਰੇ, ਉਹ ਦੁਬਾਰਾ ਮੁਰਖੋ ਗਰਭ ਦੇ ਵਿੱਚ ਭਾਵ ਕੇ ਉਹ 84 ਲੱਖ ਜੂਨਾਂ ਵਿੱਚ ਨਹੀਂ ਆਉਂਦਾ, ਜਿਨ੍ਹਾਂ ਨੇ ਗੁਰੂ ਨਾਨਕ ਦੇ ਉਪਦੇਸ਼ ਨੂੰ ਸੁਣਿਆ ਹੈ, ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕੀਤੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲੈਣਾ, 10 ਪਾਤਸ਼ਾਹ ਨੂੰ ਮੱਥਾ ਟੇਕ ਜਾਂਦਾ ਹੈ, ਗੁਰੂ ਨੂੰ ਮੱਥਾ ਟੇਕਣਾ, ਫਿਰ ਗੁਰੂ ਦੀਆਂ ਪਰਿਕਰਮਾ ਕਰਨੀਆਂ ਬਹੁਤ ਵੱਡਾ ਫਲ ਹੈ। ਰਾਜਸਥਾਨ ਇੱਕ ਸਿੱਖ ਦਾ ਫੋਨ ਆਇਆ, ਕਹਿੰਦੇ ਜੀ ਪਰਿਕਰਮਾ ਕਰਨ ਦਾ ਕੀ ਫਲ ਹੈ? ਮੈਂ ਕਿਹਾ ਭਾਈ ਗੁਰਦਾਸ ਦੀਆਂ ਵਾਰਾਂ ਨਹੀਂ ਪੜ੍ਹੀਆਂ? ਭਾਈ ਗੁਰਦਾਸ ਜੀ ਕਹਿੰਦੇ ਨੇ ਹਸਤ ਅਮੋਲ ਗੁਰਦੇਵ ਸੇ ਸਫਲ ਕਹਿ, ਚਰਨ ਸਫਲ ਪ੍ਰਦਖਣਾ ਕਰਦੇ ਕਹਿ, ਹੱਥ ਸੇਵਾ ਕਰਕੇ ਸਫਲ ਹੁੰਦੇ ਨੇ ਤੇ ਚਰਨ ਗੁਰੂ ਦੀਆਂ ਪਰਿਕਰਮਾ ਕਰਕੇ ਸਫਲ ਹੁੰਦੇ ਨੇ।
ਅੱਜ ਵੀ 100 ਸਾਲ ਦੀ ਉਮਰ ਹੋ ਗਈ ਹੈ, ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਇਹਦੇ ਸੰਗਰਾਮ ਨੂੰ ਮੋਗੇ ਦੇ ਇਲਾਕੇ ਵਿੱਚ ਜਾਓ ਤੇ ਗੁਰਮੁਖੋ ਮਹਾਂਪੁਰਸ਼ਾਂ ਦੇ ਦਰਸ਼ਨ ਕਰਿਆ। 100 ਸਾਲ ਦੀ ਉਮਰ, ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 5 ਪ੍ਰਕਰਮਾ ਕਰਦੇ ਨੇ, ਉਹ ਬਿਰਧ ਨੇ, ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਤੁਰਿਆ ਨਹੀਂ ਜਾਂਦਾ, ਬਹੁਤ ਬਿਰਧ ਹੋ ਗਏ ਨੇ। ਅੱਜ ਵੀ ਉਹੀ ਮਰਿਆਦਾ, 5 ਪ੍ਰਕਰਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਰਨੀਆਂ, 5 ਪ੍ਰਕਰਮਾ ਨਿਸ਼ਾਨ ਸਾਹਿਬ ਦੀਆਂ ਕਰਨੀਆਂ। ਤੇ ਮਹਾਂਪੁਰਸ਼ਾਂ ਨੂੰ ਪੁੱਛਿਆ, ਕਹਿੰਦੇ ਨੇ ਨਿਸ਼ਾਨ ਸਾਹਿਬ ਨੂੰ ਪ੍ਰਕਰਮਾ ਕਰਨ ਦਾ ਤੇ ਮੱਥਾ ਟੇਕਣ ਦਾ ਕੀ ਫਲ ਹੈ? ਤੇ ਸੰਤ ਕਹਿੰਦੇ, ਭਾਈ ਨਿਸ਼ਾਨ ਸਾਹਿਬ ਦੇ ਕੋਲ ਸ਼ਹੀਦਾਂ ਸਿੰਘਾਂ ਦਾ ਪਹਿਰਾ ਹੁੰਦਾ ਹੈ, ਆਖੋ ਸਤਨਾਮ। ਨਿਸ਼ਾਨ ਸਾਹਿਬ ਸਹਿਜ ਪਾਠ ਜੀ ਦੇ ਭੋਗ ਦਾ ਇਹ ਮੁੱਖ ਵਾਕ ਆਇਆ ਸੀ, ਜਿਹਦੀ ਆਪਾਂ ਕੁਛ ਬੁੱਧੀ ਨਾਲ ਵਿਚਾਰ ਕੀਤੀ ਹੈ, ਅੱਖਰੀ ਅਰਥ ਕੀਤੇ ਨੇ, ਸਮੇਂ ਦੇ ਵਿੱਚ ਰਹਿ ਕੇ, ਕਿਉਂਕਿ ਗੁਰਮੁਖਾਂ ਨੇ ਆਖਿਆ ਸੀ 1 ਵਜੇ ਤੋਂ ਪਹਿਲਾਂ ਪਹਿਲਾਂ ਸਮਾਪਤੀ ਕਰਨੀ ਹੈ, ਉਸ ਤੋਂ ਬਾਅਦ ਅਰਦਾਸ, ਫਿਰ ਗੁਰਮੁਖੋਂ ਜੋ ਗੁਰਮੁਖਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਨੇ ਨੇ। ਵੈਸੇ ਇਸ ਤੋਂ ਵੱਡੀ ਸ਼ਰਧਾ ਦੇ ਫੁੱਲ ਕੋਈ ਹੈ ਨਹੀਂ, ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੈ। ਗੁਰੂ ਅੱਗੇ ਅਰਦਾਸ ਕਰਦੇ ਨੀ, ਮੁੱਖ ਵਾਕ ਹੋ ਜਾਣਾ, ਪਰ ਫਿਰ ਵੀ ਉਹਨਾਂ ਦੇ ਦਿਲ ਦੇ ਵਲਵਲੇ ਨੇ, ਸੱਜਣ ਮੇਰੇ ਰੰਗਲੇ, ਉਹਨਾਂ ਦੇ ਰੰਗਲੇ ਸੱਜਣ ਸਨ, ਉਹਨਾਂ ਦੇ ਮਨ ਦੇ ਵੀ ਵਲਵਲੇ ਨੇ। ਤੇ ਗੁਰਮੁਖ ਉਹਨਾਂ ਵੀ 10 ਮਿੰਟ ਵਾਸਤੇ ਤੁਹਾਡੇ ਨਾਲ ਕੁਝ ਵਿਚਾਰਾਂ ਕਰਨੀਆਂ ਨੇ। ਵੈਸੇ ਆਪਾਂ ਜਿੰਨੇ ਆਏ ਹਾਂ, ਕੋਈ ਐਸਾ ਨੀ ਜਿਹੜਾ ਰਾਜਵੀਰ ਨੂੰ ਨਹੀਂ ਸੀ ਜਾਣਦਾ ਉਹਨਾਂ ਦੇ ਜੀਵਨ ਬਾਰੇ, ਕਿਉਂਕਿ ਆਪਾਂ ਉਹਨਾਂ ਨਾਲ ਮਿਲਦੇ ਹਾਂ ਸਾਰੇ, ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਜੀਵਨ ਬਾਰੇ, ਤੁਸੀਂ ਸਾਰੇ ਉਹਨਾਂ ਦੇ ਨਾਲ ਪੜ੍ਹੇ ਹੋ, ਨਾਲ ਉਹਨਾਂ ਦੇ ਜੋਬ ਕਰਦੇ ਰਹੇ ਹੋ, ਵੈਸੇ ਕੋਈ ਗੁੰਜਾਇਸ਼ ਨਹੀਂ ਉਹਨਾਂ ਬਾਰੇ ਦੱਸਣ ਦਾ, ਪਰ ਸਾਰੇ ਫਿਰ ਵੀ ਗੁਰਮੁਖੋ ਕੁਝ ਮਿੰਟਾਂ ਵਾਸਤੇ ਉਹਨਾਂ ਗੁਰਮੁਖਾਂ ਨੇ ਆਪਣੇ ਵਿਚਾਰ ਤੁਹਾਡੇ ਅੱਗੇ ਰੱਖਣੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ। ਆਨੰਦ ਸਾਹਿਬ ਦੀ ਬਾਣੀ ਵਿੱਚ ਸਾਰਿਆਂ ਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਭਗਵਤੀ ਜੀ ਸਹਾਏ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਧਿਆਏ ਅੰਦਰ ਗੁਰਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਦਿੱਤਾ ਸਭ ਸਜਾਏ ਤੇਗ ਬਹਾਦਰ ਸਿਮਰਿਆ ਕਰਮਾਉਣ ਦਿਆਵੈ ਧਾਏ ਸਭ ਸਾਈ ਹੋਣਾ ਜੀ ਤੁਹਾਈ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ ਸੱਤੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਂਗੀ ਦੇਖ ਕੇ ਅੰਗਤ ਕੀਤਾ ਤਿੰਨਾਂ ਪਿਆਰਿਆਂ ਸਚਿਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਨਵਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਵੱਖੋ ਤੀਨੀ ਬੋਲਿਆ ਇੱਕੀ ਸਿਦਕ ਕੇਸਾਂ ਸਵਾਸਾਂ ਸੰਗ ਨਿਵਾਹੀ ਧਰਮ ਨਹੀਂ ਹਾਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਇਸਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਸਿਖਾਵੈ ਸਿਖਾਵਨ ਕਾ ਸਰਕਾਰ ਸਭ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਾ ਰਿਆਏ ਸੁਦੇਵ ਸਿੰਘ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਬੇ ਯੁਗ ਯੁਗ ਅਟਲ ਧਰਮ ਕਾ ਜੈਕਾਰਾ ਹੋਵੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮਾਂ ਨੂੰ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਆਪ ਜੀ ਦੇ ਪਵਿੱਤਰ ਵਚਨਾਂ ਦੇ ਅਨੁਸਾਰ ਹੁਕਮ ਦੇ ਅਨੁਸਾਰ ਰਾਣਾ ਰਾਓ ਨਾ ਤੋੜ ਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਢੀਰ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਾਰੀ ਗੱਲ ਚੰਗੀ ਇਹਨਾਂ ਹੁਕਮਾਂ ਦੇ ਅਨੁਸਾਰ ਭਾਈ ਸਾਹਿਬ ਭਾਈ ਰਾਜਵੀਰ ਸਿੰਘ ਜੀ ਸੋਨੀ ਆਪ ਦੁਆਰਾ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਜਾਵਰਾ ਜੇ ਸਨ ਸਤਿਗੁਰੂ ਉਹਨਾਂ ਦੀ ਵਿਛੜੀ ਰੂਹ ਦੀ ਸ਼ਾਂਤੀ ਦੇ ਲਈ ਪਰਿਵਾਰ ਨੇ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹੋਇਆਂ ਨੇ ਕਈ ਦਿਨਾਂ ਤੋਂ ਲੈ ਕਰਕੇ ਆਪ ਜੀ ਦੀ ਰੱਬੀ ਬਾਣੀ ਪਵਿੱਤਰ ਬਾਣੀ ਅਲਾਹੀ ਬਾਣੀ ਧੁਰਤੀ ਬਾਣੀ ਆਈ ਤਿੰਨ ਸਗਲੀ ਚਿਤਮਟਾਈ ਜੀ ਦੇ ਘਰ ਸ੍ਰੀ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਸਨ ਜਿਨ੍ਹਾਂ ਦੇ ਨਿਵੇਦਨਤਾ ਦੇ ਨਾਲ ਭੋਗ ਪਾਏ ਗਏ ਭੋਗ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਦੇ ਵਿੱਚ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਮੁਖ ਪਿਆਰਿਆਂ ਵੱਲੋਂ ਜੱਥੇ ਵੱਲੋਂ ਮਹਾਰਾਜ ਆਪ ਜੀ ਦੀ ਪਵਿੱਤਰ ਬਾਣੀ ਅਲਾਹੀ ਬਾਣੀ ਦੀਆਂ ਕਥਾ ਵਿਚਾਰਾਂ ਹੋਈਆਂ ਨੇ ਕੀਰਤਨ ਹੋਇਆ ਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਸੁਣ ਦੂਰਿਓ ਨੇੜੋ ਚੱਲ ਕੇ ਸਰਬੱਤ ਸੰਗਤ ਪਹੁੰਚੀ ਹੈ ਸਾਰੀਆਂ ਸੰਗਤਾਂ ਦੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਭਾਈ ਰਾਜਵੀਰ ਸਿੰਘ ਸੋਨੀ ਇਹਨਾਂ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਦੇਣਾ ਜੀ ਚੁਰਾਸੀ ਦੇ ਚੱਕਰ ਤੋਂ ਬਚਾਉਣਾ ਆਵਾਗਮਣ ਕੱਟਣਾ ਅਤੇ ਪਰਿਵਾਰ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਦੇਣਾ ਪਰਿਵਾਰ ਦੀ ਮੇਰਾ ਭਰਿਆ ਸਿਰ 'ਤੇ ਹੱਥ ਰੱਖੇ ਸਤਿਗੁਰੂ ਸਮਾਂ ਬਤੀਤ ਕਰਨ ਦਾ ਬਲ ਪੁਰਾਣਾ ਬਖਸ਼ਿਸ਼ ਕਰਨਾ ਪਰਿਵਾਰ ਦੀ ਅੰਗ ਸੰਗ ਸਹਾਇਤਾ ਕਰਨੀ ਮੇਰਾ ਦੇ ਸਿਰ 'ਤੇ ਹੱਥ ਰੱਖਣੇ ਸਤਿਗੁਰੂ ਬਲ ਪੁਰਾਣਾ ਬਖਸ਼ਣਾ ਸੁੱਖ ਸ਼ਾਂਤੀਆਂ ਬਖਸ਼ਣੀਆਂ ਮਹਾਰਾਜ ਸਤਿਗੁਰੂ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਵੀ ਸੰਗਤ ਪਹੁੰਚੀ ਹੈ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ ਦਿਲ ਫੁਲ ਭੇਟਾਵਾਂ ਪ੍ਰਵਾਨ ਕਰਨਾ
ਕਦਮ ਕਦਮ ਲੇਖੇ ਵਿੱਚ ਲਾਉਣੇ ਔਰ ਆਪਣੇ ਦਰੋਂ ਘਰੋਂ ਸੰਗਤਾਂ ਨੂੰ ਸਿੱਖੀ ਸਿਰ ਭਰੋਸਾ ਨਾਮ ਦਾ ਵਰਤਣਾ ਬੜੀ ਸੋਹਣੀ ਗੁਰਬਾਣੀ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣਾ। ਸੰਗਤਾਂ ਦੇ ਵੱਲੋਂ ਆਪ ਜੀ ਦੇ ਚਰਨਾਂ 'ਚ ਮਾਇਆ ਭੇਟਾ ਕੀਤੀ ਹੈ, ਜਿਨ੍ਹਾਂ ਖਜ਼ਾਨੇ 'ਚ ਮਾਇਆ ਇੱਕ ਖਜ਼ਾਨੇ ਭਰਪੂਰ ਕਰਨੇ ਜੀ ਭਲਾ ਕਰਨਾ ਸਤਿਗੁਰੂ ਸੁੱਖ ਵਰਤਾਉਣੇ ਆਪਣੀ ਪਵਿੱਤਰ ਬਾਣੀ ਦੇ ਆਸਰੇ ਬਖਸ਼ਿਸ਼ ਕਰਨੇ ਚਰਨਾਂ ਨਾਲ ਜੋੜ ਕੇ ਰੱਖਣਾ। ਸਤਿਗੁਰੂ ਜੀ ਆਪ ਜੀ ਦੇ ਦਰ ਉੱਤੇ ਦਿੱਤੇ ਹੋਏ ਗੱਫਿਆਂ ਦੇ ਵਿੱਚੋਂ ਪਰਿਵਾਰ ਦੇ ਵੱਲੋਂ ਪਵਿੱਤਰ ਕਾਹ ਪ੍ਰਸ਼ਾਦੀਆਂ ਦੇਈਆਂ ਸੜਕੀ ਹਾਜ਼ਰ ਨੇ। ਆਪ ਜੀ ਕੋਲ ਭੋਗ ਲੱਗੇ ਜੀ, ਭੋਗ ਲੱਗਿਆ ਪ੍ਰਸ਼ਾਦ ਆਪ ਜੀ ਦੀ ਸੰਗਤ ਵਿੱਚ ਵਰਤੇ ਜੋ ਮਿਲ ਸਕੇ। ਸੋ ਆਪ ਜੀ ਦਾ ਨਾਮ ਜਪੇ ਸਤਿਗੁਰੂ ਕਿਰਪਾ ਬਖਸ਼ੋ, ਸਵੱਥ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਹੁਕਮ ਸੁਣਾ ਕੇ ਸੰਗਤ ਨੂੰ ਨਿਹਾਲ ਕਰੋ। ਹੁਕਮ ਉੱਤੇ ਪਹਿਰਾ ਦੇਣ ਦਾ ਬਲ ਦਿਓ ਜੀ, ਸਹੀ ਕਰੇ ਮੇਲ ਜਿਹਨਾਂ ਮੇਲਿਆਂ ਆਪ ਜੀ ਦਾ ਨਾਮ ਕੀਤਾ ਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ, ਸੋ ਗੱਲ ਰੱਬ ਕੀ ਸਾਡੇ ਤ੍ਰੈ ਮਨ ਦੇ ਹੁਰੀ ਚੱਲੇ ਪਾਣੀ ਅੰਨ ਆਇਓ ਬੰਦਾ ਵਿੱਚ ਵਾਤ ਸੋਹਣੀ ਬਨ ਮਲ ਕਲ ਮਾਤ ਜਾਇਆ ਵਸੀ ਸਭ ਦਰਵਾਜ਼ੇ ਭੰਨ ਤਿੰਨਾ ਪਿਆਰਿਆ ਭਾਈ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਕਿਉਂ ਜਣਿਆ ਬੈਟਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਕਹਿ ਆਏ ਜੋਤ ਸੁਭਾਵੈ ਨਾਨਕ ਸਾਈ ਗੱਲ ਚੰਗੀ ਵਾਹਿਗੁਰੂ ਜੀਓ ਸੋਰਠ ਮਹਲਾ ਪੰਜਵਾ ਓਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਦੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਦੀਆਂ ਕਾ ਦਾਤਾ ਰੇ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰ ਪੂਰੀ ਰੇ ਵੇਖਤ ਸੁਨਤ ਸਦਾ ਹੈ ਸੰਗੇ